ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਪੋਲੀਟੀਕਲ ਤੌਰ ਦੇ ਉੱਤੇ ਤੁਸੀਂ ਲਾਜ਼ਮੀ ਤੌਰ 'ਤੇ ਆਪਣੀ ਪਾਰਟੀ ਬਾਰੇ ਜ਼ਿਕਰ ਵੀ ਕਰੋਗੇ, ਵਿਰੋਧੀ ਪਾਰਟੀ ਬਾਰੇ ਤੁਸੀਂ ਉਹਨਾਂ ਦੀ ਰਣਨੀਤੀ ਨੂੰ ਲੈ ਕੇ ਸਵਾਲ ਵੀ ਚੁੱਕੋਗੇ, ਉਹ ਚਾਹੇ ਮੌਜੂਦਾ ਸਮੇਂ 'ਚ ਸਰਕਾਰ ਹੈ ਜਾਂ ਜਿਹਨਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਉੱਤੇ ਵੀ। ਪਰ ਇਸ ਦੇ ਵਿਚਾਲੇ ਆਪਾਂ ਸਾਰੇ ਇਹ ਵੀ ਕੋਸ਼ਿਸ਼ ਕਰੀਏ ਕਿ ਜੇ ਵਾਕਈ ਹੀ ਲਹਿਰ ਬਣਾ ਕੇ ਨਸ਼ੇ 'ਤੇ ਠੱਲ ਪਾਈ ਜਾ ਸਕਦੀ ਹੈ ਤਾਂ ਉਸ ਵਾਲੇ ਪਾਸੇ ਕਦਮ ਕਿਵੇਂ ਵਧਾਏ ਜਾ ਸਕਣ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ। ਸੰਘੜਾ ਸਾਹਿਬ ਇੱਕ ਵਾਰ ਫਿਰ ਤੋਂ ਸਵਾਗਤ। ਸ਼ੁਰੂਆਤ 'ਤੇ ਪਹਿਲਾ ਸਵਾਲ ਆਈ, ਐਕਸ਼ਨ ਪਲਾਨ ਤੁਹਾਡੇ ਕੋਲ ਹੈ ਕੀ? ਸੀਐਮ ਸਾਹਿਬ ਨੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਕਿ ਯਾਰੀਆਂ ਰਿਸ਼ਤੇਦਾਰੀਆਂ ਜਿਹੜੀਆਂ ਨਿਭਾ ਰਹੇ ਨੇ, ਇਸ ਨੈਕਸਸ ਨੂੰ ਤੋੜਨ ਦੀ ਲੋੜ ਹੈ। ਐਕਸ਼ਨ ਪਲਾਨ ਕੀ ਹੈ? ਦੇਖੋ, ਨੈਕਸਸ ਦਾ ਬਹੁਤ ਜ਼ਿਕਰ ਹੁੰਦਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਨੈਕਸਸ ਹੈ, ਪੁਲਿਸ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਨੇ, ਵੱਡੇ ਵੱਡੇ ਲੀਡਰਾਂ ਦਾ ਜ਼ਿਕਰ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਪਿਛਲੇ 10-15 ਸਾਲ ਤੋਂ 20 ਸਾਲ ਤੋਂ ਆਪਾਂ ਸੁਣਦੇ ਆ ਰਹੇ ਹਾਂ, ਪਰ ਨਸ਼ਾ ਘਟ ਗਿਆ, ਖਤਮ ਹੋ ਗਿਆ, ਠੱਲ ਪੈ ਗਈ, ਇਹ ਚੀਜ਼ਾਂ ਸੁਣਨ ਨੂੰ ਨਹੀਂ ਮਿਲ ਰਹੀਆਂ। ਐਕਸ਼ਨ ਪਲਾਨ ਕੀ? ਦੇਖੋ ਗੌਰਵ ਜੀ, ਪਹਿਲੀ ਗੱਲ ਤਾਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਭਗਵੰਤ ਮਾਨ ਸਾਹਿਬ ਨੇ ਇਹ ਮੁੱਖ ਮੰਤਰੀ ਬਣੇ ਨੇ, ਉਸ ਦਿਨ ਤੋਂ ਹੀ ਜ਼ੀਰੋ ਟੋਲਰੈਂਸ ਤੇ ਕੰਮ ਹੋ ਰਿਹਾ ਆ। ਵੱਡੇ ਪੱਧਰ ਤੇ ਕਾਰਵਾਈਆਂ ਕੀਤੀਆਂ ਗਈਆਂ, ਵੱਡੇ ਲੋਕ ਫੜੇ ਗਏ ਨੇ। ਮੈਂ ਉਹਦੇ ਵਿੱਚ ਦੱਸਣਾ ਚਾਹੁੰਦਾ ਕਿ 35,385 ਤਾਂ ਸਪਲਾਇਰ ਜਿਹੜੇ ਸੀਗੇ ਉਹ ਫੜੇ ਆ, 356 ਜਿਹਦੇ ਵਿੱਚ ਬਿਗ ਫਿਸ਼ਸ ਵੀ ਇਨਕਲੂਡਡ ਹੈ, 25,887 ਹੁਣ ਤੱਕ ਐਫ ਆਈ ਆਰ ਦਰਜ ਕੀਤੀਆਂ ਗਈਆਂ, ਜਿਹਦੇ ਵਿੱਚ 3256 ਲੋਕ ਜਿਹੜੀਆਂ ਐਫ ਆਈ ਆਰ ਨੇ ਉਹ ਵੱਡੇ ਪੱਧਰ ਤੇ ਵਪਾਰਕ ਪੱਧਰ ਤੇ ਜਿਹੜਾ ਕੰਮ ਹੋ ਰਿਹਾ ਸੀ ਉਹ ਉਹਨਾਂ ਤੇ ਕੀਤੀਆਂ ਗਈਆਂ। 200 ਕਰੋੜ ਦੀ ਜਿਹੜੀਆਂ 459 ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ। ਸੋ ਵੱਖ ਵੱਖ ਤਰ੍ਹਾਂ ਦੀ ਨਸ਼ਾ ਵਾਈਜ ਜਿਹੜੀ ਹੈ, ਚਾਹੇ ਉਹ ਅਫੀਮ ਹੈ, ਭੁੱਕੀ ਆ, ਗਾਂਜਾ ਆ, ਜਾਂ ਡਰੱਗਸ ਜਿੱਦਾਂ ਕੈਪਸੂਲ ਟੀਕੇ ਵਗੈਰਾ ਆ, ਜਾਂ ਹੈਰੋਇਨ ਹੈ, ਉਹਨਾਂ ਦੀਆਂ ਰਿਕਵਰੀਜ ਵੀ ਭਾਰੀ ਰਿਕਵਰੀਜ ਹੋਈਆਂ, ਜੋ ਪਿਛਲੇ ਸਮੇਂ ਚ ਕਾਂਗਰਸ ਸਰਕਾਰ ਵੇਲੇ ਸੀਗੀਆਂ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਰਿਕਵਰੀਜ਼ ਕੀਤੀਆਂ, ਕਈ ਗੁਣਾ ਜ਼ਿਆਦਾ ਠੱਲ ਪਾਈ ਆ। ਪਰ ਮੈਂ ਇਹ ਇੱਕ ਜ਼ਰੂਰ ਦੱਸਣਾ ਚਾਹੁੰਦਾ ਆ ਕਿ ਇਹ ਨਸ਼ੇ ਦਾ ਕਾਰੋਬਾਰ ਹੈ, ਇਹ ਜੋ ਜਾਖੜ ਸਾਹਿਬ ਹੁਣ ਬੋਲ ਰਹੇ ਸੀਗੇ, ਜਾਖੜ ਸਾਹਿਬ ਦੀ ਜਿਹੜੀ ਉਸ ਵੇਲੇ ਭਾਵੇਂ ਕਾਂਗਰਸ ਸੀਗੇ, ਇਹ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਨਸ਼ੇ ਦੇ ਤਸਕਰਾਂ ਨੇ ਅੰਤਰਰਾਸ਼ਟਰੀ ਗਰੋਹਾਂ ਤੱਕ ਆਰਗਨਾਈਜ਼ ਹੋ ਗਏ ਸੀਗੇ, ਤੇ ਪਿਛਲੇ ਚੰਨੀ ਸਾਹਿਬ ਬੋਲ ਰਹੇ ਸੀ ਇਹਨਾਂ ਦੀ ਸਰਕਾਰ ਵੇਲੇ ਵੀ ਕੋਈ ਠੋਸ ਕਾਰਵਾਈ ਨਹੀਂ ਹੋਈ, ਬਕਾਇਦਾ 80-20 ਦੀ ਰੇਸ਼ੋ ਨਾਲ ਸਾਰਾ ਕੁਛ ਵੰਡਿਆ ਜਾਂਦਾ ਰਿਹਾ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਮੁੱਖ ਮੰਤਰੀ ਸੀਗੇ, ਤੇ ਚੰਨੀ ਸਾਹਿਬ ਨੇ ਤਾਂ ਐਲਾਨ ਕਰਨ ਤੋਂ ਬਿਨਾਂ ਕੀਤਾ ਹੀ ਕੁਛ ਨਹੀਂ ਹੈਗਾ। ਸੋ ਵੱਡੇ ਪੱਧਰ ਤੇ ਐਡਮਿਨਿਸਟ੍ਰੇਟਰ ਤੇ ਪੁਲਿਸ ਕਾਰਵਾਈਆਂ, ਦੂਸਰਾ ਅਦਾਲਤਾਂ ਵਿੱਚ ਵੀ ਜਿਹੜਾ ਕਨਵਰਸ਼ਨ ਰੇਟ ਵਧਿਆ ਆ ਅੱਗੇ ਨਾਲੋਂ, ਸਕਸੈਸ ਮੌਜੂਦਾ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਘਟਿਆ ਨਸ਼ਾ? ਤੁਸੀਂ ਇਹ ਦਾਵਾ ਕਰ ਰਹੇ? ਦੇਖੋ ਜੀ, ਸਖਤ ਕਾਰਵਾਈ ਹੋਈ ਆ, ਨਸ਼ਾ ਘਟਿਆ ਆ, ਔਰ ਜਦੋਂ ਤੁਸੀਂ ਕਿਸੇ ਵੀ ਚੀਜ਼ ਤੇ ਸਖਤੀ ਕਰਦੇ ਹੋ ਉਹਦਾ ਉਹ ਨੈਚੁਰਲੀ ਹਾਈਲਾਈਟ ਵੀ ਜ਼ਿਆਦਾ ਹੁੰਦਾ, ਨਿਊਜ਼ ਵਿੱਚ ਵੀ ਜ਼ਿਆਦਾ ਹੁੰਦਾ ਆ, ਨਿਊਜ਼ ਵੀ ਡੇਲੀ ਬਣਦੀ ਹੈ, ਤੇ ਇੱਕ ਚੰਗੀ ਗੱਲ ਹੈ ਵੈਸੇ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਜਦੋਂ ਪਹਿਲੀਆਂ ਸਰਕਾਰਾਂ ਹੁੰਦੀਆਂ ਸੀ ਉਦੋਂ ਇਹ ਗੁੱਟਾਂ 'ਚ ਵੜ ਜਾਂਦੇ ਸੀਗੇ 4 ਸਾਲ, ਹੁਣ ਪਹਿਲੇ ਦਿਨ ਤੋਂ ਹੀ ਵਿਰੋਧੀ ਵੀ ਇਹ ਪੱਬਾਂ ਭਾਰ ਨੇ ਸਰਕਾਰ ਵਿੱਚ ਨੁਕਸ ਲੱਭਣ ਲਈ, ਚੰਗੀ ਗੱਲ ਹੈ, ਚੰਗੀ ਗੱਲ ਹੈ। ਠੀਕ ਹੈ, ਚਲੋ ਆਪਾਂ ਅੱਗੇ ਵਧਦੇ ਹਾਂ, ਸਾਰਿਆਂ ਨੂੰ ਐਡ ਕਰੀਏ, ਮੈਂ ਇੱਕ ਇੱਕ ਕਰਕੇ ਸਾਰਿਆਂ ਦੇ ਕੋਲ ਆਵਾਂਗਾ। ਮੇਰੀ ਜ਼ਰੂਰ ਰਿਕੁਐਸਟ ਹੈ ਕਿ ਥੋੜ੍ਹਾ ਛੋਟਾ ਜਵਾਬ ਰੱਖਿਓ ਤਾਂ ਕਿ ਆਪਾਂ ਵਾਰ ਵਾਰ ਜ਼ਿਆਦਾ ਸਵਾਲ ਲੈ ਸਕੀਏ। ਕਿੰਗਰਾ ਸਾਹਿਬ ਦਾ ਮੈਂ ਰੁੱਖ ਕਰਦਾ, ਕਾਂਗਰਸ ਪਾਰਟੀ ਨੂੰ ਰਿਪ੍ਰੈਜ਼ੈਂਟ ਕਰ ਰਹੇ ਨੇ। ਕਿੰਗਰਾ ਸਾਹਿਬ, 2 ਗੱਲਾਂ, ਇੱਕ ਤਾਂ ਐਕਸ਼ਨ ਪਲਾਨ ਦਾ ਜ਼ਿਕਰ ਹੋ ਰਿਹਾ, ਬਹੁਤ ਸਾਰੇ ਅੰਕੜੇ ਦੱਸ ਦਿੱਤੇ ਆਲਰੇਡੀ ਕਿ ਕਰੀਬ 25-26 ਹਜ਼ਾਰ ਐਫ ਆਈ ਆਰ ਵੀ ਦਰਜ ਹੋਈਆਂ ਨੇ ਪਿਛਲੇ 2 ਸਾਲ ਦੇ ਵਿੱਚ, ਜਿਹੜਾ ਜ਼ਿਕਰ ਸੰਘੀੜਾ ਸਾਹਿਬ ਨੇ ਕਰ ਦਿੱਤਾ। ਦੂਜਾ ਪੁਆਇੰਟ,
ਕਿਉਂਕਿ ਆਪਾਂ ਸਮਾਜਿਕ ਤੌਰ ਦੇ ਉੱਤੇ ਵੀ ਨਾਲ ਨਾਲ ਗੱਲ ਜ਼ਰੂਰ ਕਰਦੇ ਰਹੀਏ ਕਿ ਇਹ ਲਹਿਰ ਦੀ ਜਿਹੜੀ ਗੱਲ ਹੋਈ ਹੈ ਕਿ ਵਾਕਈ ਉਸ ਤਰੀਕੇ ਦੇ ਨਾਲ ਪੰਜਾਬ ਵੱਧ ਸਕਦਾ ਅੱਗੇ ਕਿ ਹਾਂ ਆਪਾਂ ਨਸ਼ੇ ਖਿਲਾਫ਼ ਇੱਕ ਲਹਿਰ ਹੀ ਤੋੜ ਦਈਏ, ਪੂਰੇ ਪੰਜਾਬ ਦੇ ਵਿੱਚ ਚਰਚਾ ਹੀ ਹੋਵੇ ਕਿ ਬਸ ਜਿਹੜਾ ਨਸ਼ੇ ਵਾਲਾ ਹੈ ਉਸਦੇ ਖਿਲਾਫ਼ ਐਕਸ਼ਨ ਹੁੰਦਾ ਨਜ਼ਰ ਆਵੇ ਜਾਂ ਲੋਕ ਛੱਡ ਜਾਣ ਖੁਦ ਨਸ਼ਾ ਦਾ ਸੇਵਨ ਕਰਨਾ ਜਾਂ ਫਿਰ ਵੇਚਣਾ? ਕਿਵੇਂ ਇਸ ਨੂੰ ਪੂਰੇ ਨੂੰ ਦੇਖਦੇ ਹੋ ਜੋ ਜਦੋਂ ਲਹਿਰ ਦਾ ਆਪਾਂ ਜ਼ਿਕਰ ਕਰਦੇ ਹਾਂ? ਕਿੰਗਰਾਜ ਗੌਰਵ ਜੀ, ਗੌਰਵ ਜੀ ਦੇਖੋ ਸੰਘੇੜਾ ਸਾਹਿਬ ਬੜੇ ਸਿਆਣੇ ਬੰਦੇ ਆ, ਇਹਨਾਂ ਨੇ ਹੁਣੇ ਬੜੇ ਲੰਮੇ ਚੌੜੇ ਅੰਕੜੇ ਦਿੱਤੇ ਆ ਜੀ। ਜੇ ਇਹ ਅੰਕੜੇ ਸੰਘੇੜਾ ਸਾਹਿਬ ਦੇ ਮੈਂ ਸੱਚ ਮੰਨਣਾ ਤੇ ਫਿਰ ਲਹਿਰ ਦੀ ਕਿਹੜੀ ਦੀ ਲੋੜ ਹੈ? ਇਹ ਤਾਂ ਆਪਦੇ ਆਪ 'ਚ ਹੀ ਲਹਿਰ ਚਲਾ ਚੁੱਕੇ ਆ। ਇਹਦਾ ਮਤਲਬ ਜਦੋਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਇਹ ਹੁਣ ਸੋਚਣਾ ਚਾਹੀਦਾ ਕਿ ਉਹ ਆਪੋਜੀਸ਼ਨ 'ਚ ਨਹੀਂ ਹੈਗੇ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਹੈ ਔਰ ਉਹ ਕਹਿ ਰਹੇ ਹੈ ਕਿ ਜਦੋਂ ਫੜਾਉਣ ਵਾਲੇ ਤੋਂ ਪਹਿਲਾਂ ਫੜਨ ਵਾਲਾ ਘਰੇ ਆ ਜਾਂਦਾ। ਤੁਸੀਂ ਮੈਨੂੰ ਇਹ ਦੱਸੋ, ਇਹ ਮੁੱਖ ਮੰਤਰੀ ਦੇ ਮੂੰਹੋਂ ਸੋਭਾ ਦਿੰਦੀ ਹੈ ਗੱਲ ਇਹ? ਭਾਈ ਜੇ ਫੜਾਉਣ ਵਾਲੇ ਤੋਂ ਪਹਿਲਾਂ ਫੜਨ ਵਾਲਾ ਘਰੇ ਆ ਜਾਂਦਾ ਹੈ ਤੇ ਫਿਰ ਤੁਸੀਂ ਸਰਕਾਰ ਕਿਹੜੀ ਚਲਾਈ ਜਾਂਦੇ ਹੋ? ਫਿਰ ਤੁਹਾਨੂੰ ਕਿਹੜਾ ਸਬੂਤ ਚਾਹੀਦਾ? ਫਿਰ ਦੂਜੀ ਗੱਲ, ਇਹਨਾਂ ਦੇ ਇੱਕ MLA ਨੇ ਐਡਾ ਸੰਗੀਨ ਇਲਜ਼ਾਮ ਲਗਾਇਆ ਹੈ ਕਿ ਇਹਨਾਂ ਦੇ ਇੱਕ ਮੈਂਬਰ ਪਾਰਲੀਮੈਂਟ ਪ੍ਰੋਟੈਕਟ ਕਰ ਰਹੇ ਨੇ ਇੱਕ ਪੁਲਿਸ ਅਫਸਰ SP ਤੇ ਇੱਕ DSP ਨੂੰ ਜਿਹੜਾ ਕਿ ਨਸ਼ੇ ਦੀ ਤਸਕਰੀ ਦੇ ਵਿੱਚ ਖੁੱਭਿਆ ਹੋਇਆ ਹੈ, ਕੋਈ ਐਕਸ਼ਨ ਹੋਇਆ ਉਹਦੇ ਉੱਤੇ? ਇਹ ਗੱਲਾਂ ਦੇਖੋ, ਪੰਜਾਬ ਨੂੰ ਇੱਕ ਸਕੀਮ ਦੇ ਤਹਿਤ ਮਾਰਨ ਦੀ ਜਿਹੜੀ ਵਿਉਂਤ ਹੈ ਉਹ ਬਣੀ ਹੋਈ ਹੈ, ਚਾਹੇ ਉਹ ਗੁਆਂਢੀ ਮੁਲਕਾਂ ਨੇ ਬਣਾਈ ਹੈ, ਚਾਹੇ ਸਾਡੇ ਦੇਸ਼ ਦੇ ਵਿੱਚ ਕਈ ਇਹੋ ਜਿਹੀਆਂ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਜਿਹੜੇ ਨੇ ਉਹ ਖਤਮ ਕਰਨਾ ਚਾਹੁੰਦੀਆਂ ਨੇ। ਤੁਸੀਂ ਦੇਖੋ ਇਹ ਗੱਲਾਂ ਜਿਹੜੀਆਂ ਨੇ, ਡਰੋਨ ਤੇ ਨਸ਼ਾ ਆ ਗਿਆ, ਫਲਾਣੇ ਤੇ ਨਸ਼ਾ ਆ ਗਿਆ, ਆ ਮੇਰੇ BJP ਦੇ ਇੱਥੇ ਬੰਦੇ ਬੈਠੇ ਨੇ, ਉਹ ਭਾਈ ਅੱਜ ਤੱਕ ਸਭ ਤੋਂ ਵੱਡੀ ਨਸ਼ੇ ਦੀ ਜਿਹੜੀ ਕੰਸਾਈਨਮੈਂਟ ਹੈ ਉਹ ਗੁਜਰਾਤ ਦੇ ਅਦਾਨੀ ਦੇ ਪੋਰਟ ਤੇ ਫੜੀ ਗਈ ਹੈ। ਇੱਕ ਨਹੀਂ ਫੜੀ ਗਈ, ਦੋ ਨਹੀਂ ਫੜੀ ਗਈ, ਤਿੰਨ ਫੜੀਆਂ ਗਈਆਂ ਔਰ ਉਹਨਾਂ ਦੇ ਵਿੱਚ ਨਸ਼ੇ ਦੀ ਤਾਦਾਦ ਇੰਨੀ ਹੈ ਕਿ ਪੰਜਾਬ ਦੇ 20 ਸਾਲਾਂ 'ਚ ਵੀ ਉਹਨਾਂ ਨਸ਼ਾ ਨਹੀਂ ਆਇਆ ਹੋਣਾ ਡਰੋਨਾਂ ਦੇ ਰਾਹੀਂ। ਸੋ ਇਹ ਤਾਂ ਜਿਹੜੇ ਨੇ ਬਹਾਨੇ ਲਾਈ ਜਾ। ਦੂਜੀ ਮੈਨੂੰ ਇੱਕ ਗੱਲ ਦੱਸੋ, ਲਹਿਰ ਬਣਾਉਣ ਵਾਸਤੇ 2.5 ਸਾਲ ਚਾਹੀਦੀ ਸੀ? ਤੁਸੀਂ ਮੈਨੂੰ ਵਿੱਚ ਇਹਨਾਂ ਦੀ, ਇਹਨਾਂ ਦੇ ਇੱਕ ਮੰਤਰੀ ਸੀਗੇ, ਨਾਂ ਤਾਂ ਕੀ ਲੈਣਾ ਉਹਨਾਂ ਦਾ, ਉਹਨਾਂ ਨੇ ਆਪਦੀ ਸਿਹਤ ਬਣਾ ਲਈ ਹੈ ਤੇ ਉਦੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਪੰਜਾਬ ਦੀ ਸਿਹਤ ਦਾ ਕੀ ਹਾਲ ਹੈ। ਕਹਿੰਦੇ ਸੀ ਚੁਟਕੀ ਨਾਲ 3 ਮਹੀਨਿਆਂ 'ਚ ਨਸ਼ਾ ਖਤਮ ਕਰ ਦਿਆਂਗੇ, ਪਰਮਾਤਮਾ ਕਰੇ ਇਹਨਾਂ ਨੂੰ ਕਾਮਯਾਬੀ ਮਿਲੇ। ਦੇਖੋ ਇਹ ਇੱਕ ਐਸਾ ਇਸ਼ੂ ਹੈ ਜਿੱਥੇ ਮੈਂ ਪੋਲੀਟੀਕਲ ਸਟੇਜ ਤੋਂ ਉੱਤੇ ਉੱਠ ਕੇ ਇਹ ਮੈਂ ਦੁਆ ਕਰਦਾ ਪਰਮਾਤਮਾ ਦੇ ਅੱਗੇ ਕਿ ਇਸ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੈ ਇਹਦੇ 'ਚ ਮੌਜੂਦਾ ਸਰਕਾਰ ਨੂੰ ਕਾਮਯਾਬੀ ਮਿਲੇ, ਪਰ ਮਿਲਣੀ ਨਹੀਂ। ਉਹਦਾ ਕਾਰਨ ਇਹ ਹੈ ਕਿ ਨਸ਼ਾ ਇਸ ਵੇਲੇ ਹੋਮ ਡਿਲੀਵਰੀ ਤੇ ਚੱਲਿਆ ਹੋਇਆ, ਹੋਮ ਡਿਲੀਵਰੀ ਤੇ ਬੋਲੋ, ਮੈਂ ਮੰਗਾ ਕੇ ਦਿਖਾਵਾਂ। ਇੱਥੇ ਡਿਬੇਟ ਚੱਲਦੀ ਚੱਲਦੀ ਨਸ਼ਾ ਆਪਦੇ ਘਰੇ, ਇਹੋ ਜਿਹੇ ਲੋਕ ਨੇ ਜਿਹੜੇ ਨੰਬਰ ਆਪਦਾ ਦੱਸਦੇ ਨੇ ਕਿ ਸਾਨੂੰ ਫੋਨ ਕਰੋ, ਅਸੀਂ ਤੁਹਾਡੇ ਘਰੇ ਡਿਲੀਵਰ ਕਰ ਦਿਆਂਗੇ। ਤੁਸੀਂ ਵੱਡਾ ਦਾਅਵਾ ਕਰ ਰਹੇ ਹੋ ਕਿ ਪੰਜਾਬ ਦੇ ਹਰ ਕੋਨੇ, ਹਾਂਜੀ ਪੰਜਾਬ ਦੇ ਹਰ ਕੋਨੇ 'ਚ ਤੁਹਾਨੂੰ ਲੱਗਦਾ ਕਿ ਹੋਮ ਡਿਲੀਵਰੀ ਹੋ ਰਹੀ ਹੈ ਨਸ਼ੇ ਦੀ? ਬਿਲਕੁਲ ਜੀ ਬਿਲਕੁਲ। ਤੁਸੀਂ ਦੇਖੋ ਦੇਖੋ ਤੁਸੀਂ ਗਏ ਦੇਖੋ, ਭਗਵੰਤ ਮਾਨ ਖੁਦ ਕਹਿ ਰਹੇ ਨੇ ਕਿ ਨਸ਼ੇ ਨੂੰ ਫੜਾਉਣ ਵਾਲੇ ਤੋਂ ਪਹਿਲਾਂ ਫੜਿਆ ਜਾਣ ਵਾਲਾ ਘਰੇ ਆ ਜਾਂਦਾ। ਇਹ ਮੁੱਖ ਮੰਤਰੀ ਆਪਦੇ ਲਫ਼ਜ਼ ਨੇ, ਜਦੋਂ ਮੁੱਖ ਮੰਤਰੀ ਨੂੰ ਇਹ ਪਤਾ ਹੈ ਕਿ ਫੜਾਉਣ ਵਾਲੇ ਤੋਂ ਪਹਿਲਾਂ ਫੜਨ ਵਾਲਾ ਘਰੇ ਆ ਜਾਂਦਾ ਤੇ ਫਿਰ ਤੁਸੀਂ ਇਹ ਦੱਸੋ ਕਿ ਫਿਰ ਹੋਰ ਕੀ ਚਾਹੀਦਾ ਸਬੂਤ ਮੁੱਖ ਮੰਤਰੀ ਨੂੰ? ਉਹ ਕਿਹੜੇ ਅਫਸਰ ਨੇ ਜਿਹੜੇ ਫੜਾਉਣ ਵਾਲੇ ਨੂੰ ਫੜਨ ਵਾਲੇ ਨੂੰ ਘਰੇ ਭੇਜਦੇ ਨੇ? ਕੀ ਮੁੱਖ ਮੰਤਰੀ ਕੋਲੇ ਕੋਈ ਖੁਫੀਆ ਏਜੰਸੀ ਨਹੀਂ ਹੈਗੀ ਹੈ? ਸਭ ਕੁਛ ਹੈਗਾ ਵੀਰ, ਸਭ ਕੁਛ ਹੈਗਾ। ਪੰਜਾਬ ਦਾ ਬੇੜਾ ਗਰਕ ਤੇ ਕਰਨ ਤੇ ਤੁੜੀ ਹੋਈ ਹੈ ਸਰਕਾਰ। ਇਹ ਦੇਖੋ ਮੈਂ ਤੁਹਾਨੂੰ ਦੱਸਾਂ, ਇਹਨਾਂ ਦੇ MLA ਜਿਹੜੇ ਨੇ ਉਹ ਮੰਤਰੀਆਂ ਲੈਂਦੇ ਨੇ ਜੀ, ਮੈਂ ਕਹਿਣਾ ਗਾ ਲੈਂਦੇ ਨੇ, ਉਹ ਪਹਿਲਾਂ ਮੰਤਰੀਆਂ ਛੋੜ ਛੋੜੋ ਹਫ਼ਤਾ ਲੈਂਦੇ ਨੇ ਔਰ ਇਹਨਾਂ ਦੇ ਇੱਕ MLA ਨੇ ਇਲਜ਼ਾਮ ਲਾਇਆ ਸੀ ਇਹਨਾਂ ਦੇ ਮੈਂਬਰ ਪਾਰਲੀਮੈਂਟ ਤੇ, ਕੋਈ ਖਬਰ ਬਣੀ, ਕੋਈ ਉਹ ਐਕਸ਼ਨ ਹੋਇਆ, ਕੋਈ SPDC ਉਹਦੀ DSP ਦੀ ਬਦਲੀ ਹੋਈ? ਸੰਘੇੜਾ ਸਾਹਿਬ ਇਸ ਗੱਲ ਦਾ ਬੈਨ ਹੀ ਲਾਇਆ ਇਲਜ਼ਾਮ? ਠੀਕ ਹੈ, ਚਲੋ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਸਿੱਧਾ MLA ਮੰਤਰੀਆਂ ਨੂੰ ਲੈ ਕੇ ਵੀ ਬਿਆਨ ਦਿੱਤੇ, ਠੀਕ ਹੈ ਨਹੀਂ? ਕਿੰਗਰਾ ਸਾਹਿਬ ਬਹੁਤ ਸਾਰੇ ਐਲੀਗੇਸ਼ਨ ਤੁਸੀਂ ਲਗਾ ਦਿੱਤੇ, ਮੈਨੂੰ ਲੱਗਦਾ ਕਿ ਉਸ ਦੇ ਉੱਪਰ ਹੋਰ
ਹੋਰ ਖੁੱਲ ਕੇ ਗੱਲਬਾਤ ਹੋ ਜਾਵੇ। ਜੇ ਤੁਹਾਨੂੰ ਲੱਗਦਾ ਤੁਸੀਂ ਇਹ ਦਾਅਵਾ ਕਰ ਰਹੇ ਕਿ ਕੋਈ MLA ਕੋਈ ਮੰਤਰੀ ਤੁਸੀਂ ਇੱਥੋਂ ਤੱਕ ਇਲਜ਼ਾਮ ਲਗਾ ਦਿੱਤੇ ਕਿ ਹਫ਼ਤਾ ਲੈਂਦੇ ਨੇ, ਤਾਂ ਫਿਰ ਤਾਂ ਬਹੁਤ ਸੀਰੀਅਸ ਐਲੀਗੇਸ਼ਨਸ ਨੇ ਨਾ, ਖਾਸ ਤੌਰ ਤੇ ਡਰੱਗਸ ਦੇ ਮੁੱਦੇ ਉੱਤੇ। ਕਿੰਗਰਾ ਸਾਹਿਬ ਨਾ ਲੈਣ, ਇਦਾਂ ਇਲਜ਼ਾਮ ਲਾਉਣ ਦਾ ਕੋਈ ਫਾਇਦਾ ਨਹੀਂ। ਜੇ ਕਿਸੇ MLA ਮੈਂ ਟਾਂਡਾ ਸਾਹਿਬ ਤੁਹਾਡੇ ਕੋਲ ਆ ਰਿਹਾ, ਮੈਂ ਸੈਕਟਰੀ ਸਾਹਿਬ ਤੁਹਾਡੇ ਕੋਲ ਵੀ ਆ ਰਹੇ ਜੀ, ਮੈਂ ਨਾ ਲੈ ਦਿੰਦਾ ਸੁਣ ਲਓ ਨਾ। ਤੁਹਾਡੇ MLA ਇੱਕ ਰਿਟਾਇਰਡ IPS ਅਫਸਰ, ਤੁਹਾਡੇ MLA ਇੱਕ ਰਿਟਾਇਰਡ IPS ਅਫਸਰ ਜਿਨ੍ਹਾਂ ਨੇ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਲੜਿਆ, ਉਹਨਾਂ ਨੇ ਸੰਗੀਤ ਸਾਹਿਬ ਆ ਰਹੇ ਤੁਹਾਡੇ ਕੋਲ, 10 ਸੈਕਿੰਡ ਦੋ ਮੈਂ ਤੁਹਾਡੇ ਕੋਲ ਆ ਰਿਹਾ। ਬਹੁਤ ਸੀਰੀਅਸ ਐਲੀਗੇਸ਼ਨਸ ਨੇ, ਇਸ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਥੋੜਾ ਇੰਤਜ਼ਾਰ ਕਰਿਓ, ਤੁਹਾਡਾ ਇੱਕ ਮੈਂਬਰ ਥੋੜਾ ਇੱਕ ਇੱਕ ਕਰਕੇ ਗੱਲ ਰੱਖਦੇ ਰਹੋ ਸਰ, ਲੋਕਾਂ ਤੱਕ ਪਹੁੰਚ ਸਕੇ। ਕਿੰਗਰਾ ਸਾਹਿਬ ਕੰਪਲੀਟ ਕਰ ਲਓ, ਕਹਿੰਦੇ ਨਾਮ ਲਵੋ ਨਾ ਤੁਸੀਂ, ਜੇ ਤੁਸੀਂ ਇੰਨੇ ਓਪਨਲੀ ਇਲਜ਼ਾਮ ਲਗਾ ਰਹੇ। ਮੈਂ ਲੈ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਾਘਵ ਚੱਡਾ ਦਾ ਨਾਂ ਲੈ ਕੇ ਆਖਿਆ ਕਿ ਰਾਘਵ ਚੱਡਾ ਡੀਸੀਪੀ ਦੇ ਡੀਸੀਪੀ ਨੂੰ ਪ੍ਰੋਟੈਕਟ ਕਰ ਰਹੇ ਨੇ ਜਿਹੜੇ ਨਸ਼ਾ ਦੇ ਤਸਕਰ ਨੇ। ਠੀਕ ਹੈ, ਦੱਸੋ ਠੀਕ ਹੈ ਸੰਗੇੜਾ ਸਾਹਿਬ ਕਿੰਗਰਾ ਨਹੀਂ, ਮੈਂ ਇਹ ਕਹਿ ਰਿਹਾ ਵੀ ਜੇ ਹਰ ਇੱਕ ਪਾਰਟੀ ਚ ਇੱਕ ਦੂਜੇ ਨਾਲ ਕੋਈ ਮਤਭੇਦ ਹੁੰਦੇ ਆ, ਕਿਸੇ ਤੁਹਾਡੀ ਸਾਰੀ ਕਾਂਗਰਸ ਇੱਕ ਦੂਜੇ ਨਾਲ ਲੜੀ ਜਾਂਦੀ ਆ, ਸਾਡੇ ਤਾਂ ਕੋਈ ਆ, ਜੇ ਕਿਸੇ ਨੇ ਕਿਸੇ ਦਾ ਨਾਂ ਲੈਤਾ ਤਾਂ ਮਤਲਬ ਇਹ ਨਹੀਂ ਹੈ ਕਿ ਉਸ ਧੰਦੇ ਚ ਲੱਗਿਆ ਹੋਇਆ। ਇੱਕ ਮਨ ਮੁਟਾਪ ਵੀ ਹੁੰਦਾ, ਕਈ ਵਾਰੀ ਸ਼ੱਕ ਵੀ ਪੈ ਜਾਂਦੀ ਕਿਸੇ ਨੂੰ। ਮੈਂ ਤਾਂ ਕਹਿੰਦਾ ਜੇ ਕਿਸੇ ਕੋਲ ਸੂਚਨਾ ਹੈਗੀ ਅਥੈਂਟਿਕ ਦੇਵੋ ਕਰਾਂਗੇ, ਔਰ ਨਾ ਜਿਹੜਾ ਮੁੱਖ ਮੰਤਰੀ ਕੋਲੇ ਸੂਚਨਾ ਹੈ, ਜਦੋਂ ਉਹ ਕਹਿੰਦੇ ਜ਼ਮਾਨਤ ਪਹਿਲਾਂ ਹੋ ਜਾਂਦੀ ਹੈ, ਤੁਹਾਡੇ ਮੁੱਖ ਮੰਤਰੀ ਕੋਲੇ ਸੂਚਨਾ ਹੈ ਕਿ ਜ਼ਮਾਨਤ ਪਹਿਲਾਂ ਹੋ ਜਾਂਦੀ ਹੈ, ਮੈਂ ਸੂਚਨਾ ਕੀ ਦੇਣੀ ਹੈ ਤੁਹਾਡੇ ਮੁੱਖ ਮੰਤਰੀ ਕੋਲੇ ਸੂਚਨਾ ਹੈ। ਹੋਪਫੁਲੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਇੱਥੇ ਬਹੁਤ ਐਕਸ਼ਨ ਪਲਾਨ ਦਾ ਜ਼ਿਕਰ ਹੋ ਰਿਹਾ, ਬਹੁਤ ਸਾਰੀਆਂ FIR ਦਾ ਜ਼ਿਕਰ ਹੋ ਗਿਆ। ਸਮੇਂ ਸਮੇਂ ਦੀਆਂ ਸਰਕਾਰਾਂ, ਚਾਹੇ ਅਕਾਲੀ ਭਾਜਪਾ ਦੀ ਰਹੀ ਹੋਵੇ, ਕਾਂਗਰਸ ਦੀ ਰਹੀ ਹੋਵੇ, ਮੌਜੂਦਾ ਸਮੇਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸਭ ਸਵਾਲਾਂ ਦੀ ਕਟਹਿਰੇ ਚ ਨੇ ਕਿ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ। ਮੌਜੂਦਾ ਸਮੇਂ ਦੇ ਵਿੱਚ ਆਪੋ ਆਪਣੇ ਦਾਅਵੇ ਨੇ, ਪਹਿਲਾਂ ਆਪੋ ਆਪਣੇ ਦਾਅਵੇ ਸੀ, ਪਰ ਕੀ ਵਾਕਈ ਹੀ ਕੋਈ ਸਮਾਜਿਕ ਲਹਿਰ ਦੀ ਲੋੜ ਹੈ ਇਸ ਸਮੇਂ? ਕਿ ਵਾਕਈ ਪੁਲਿਸ ਦੇ ਹੱਥੋਂ ਕੰਮ ਨਿਕਲ ਚੁੱਕਿਆ ਹੈ ਕਿ ਸਮਾਜਿਕ ਲਹਿਰ ਖੜੀ ਹੋਵੇ ਤਾਂ ਹੀ ਨਸ਼ੇ ਵਰਗੇ ਕੋਰ ਨੂੰ ਜੜ ਤੋਂ ਵੱਢਿਆ ਜਾ ਸਕਦਾ? ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ, ਕਿੰਗਰਾ ਸਾਹਿਬ ਦੀ ਪਾਰਟੀ 5 ਸਾਲ ਰਾਜ ਕਰ ਗਈ ਇਹੀ ਇਸੇ ਇਸ਼ੂ ਤੇ ਰਾਈਡ ਕਰਕੇ ਆਈ ਜੀ। ਹੁਣ ਆਮ ਆਦਮੀ ਪਾਰਟੀ ਨੂੰ 2 ਸਾਲ ਹੋ ਗਏ, 2 ਸਾਲ ਦੇ ਬਾਅਦ ਅੱਜ ਮੁੱਖ ਮੰਤਰੀ ਸਰੈਂਡਰ ਕਰ ਰਿਹਾ, ਹੱਥ ਖੜੇ ਕਰ ਰਿਹਾ, ਵਰਚੁਅਲ ਸਰੈਂਡਰ ਕਰ ਰਿਹਾ। ਉਹ ਹੈਲਪਲੈਸ ਨਜ਼ਰ ਆ ਰਿਹਾ, ਉਹ ਕਹਿੰਦਾ ਮੈਨੂੰ ਕੁਛ ਪਤਾ ਨਹੀਂ ਹੈ, ਮੈਂ ਹਲੇ ਐਕਸ਼ਨ ਪਲਾਨ ਬਣਾ ਰਿਹਾ। ਤੇ ਜਿਹੜਾ ਤੁਸੀਂ ਆ ਮੈਨੂੰ ਸਖ਼ਤ ਇਤਰਾਜ਼ ਹੈ, ਜਿਹੜਾ ਤੁਸੀਂ ਪ੍ਰੋਗਰਾਮ ਤੇ ਲਹਿਰ ਤੇ ਰੱਖਿਆ, ਇਹ ਗੁੰਮਰਾਹ ਕਰਨ ਵਾਲਾ ਲੋਕਾਂ, ਇਸ ਮੁੱਖ ਮੰਤਰੀ ਜੀ ਨੇ ਨਾਮ ਕੱਢਿਆ ਤੇ ਤੁਸੀਂ ਉਹਨੂੰ ਗਾਹਾਂ ਤੋਰਿਆ, ਇਹ ਗੁੰਮਰਾਹ ਕਰਨ ਲਈ ਹੈ। ਵਜ੍ਹਾ, ਸਾਲ ਬਾਅਦ ਤਾਂ ਬੱਚੇ ਲੈ ਕੇ ਗੁਰਦੁਆਰਾ ਸਾਹਿਬ ਜਾਣੇ ਸ਼ੁਰੂ ਹੋ ਗਏ ਸੀ, ਸਾਈਕਲਾਂ ਦੀਆਂ ਫੇਰੀਆਂ ਐਸ ਕਮਿਸ਼ਨਰ ਪੁਲਿਸਾਂ ਨੇ ਸ਼ੁਰੂ ਕਰਾਤੀਆਂ ਸੀਗੀਆਂ, ਫਿਰ ਘਰੋ ਘਰੀ ਤਲਾਸ਼ੀਆਂ ਸ਼ੁਰੂ ਹੋ ਗਈਆਂ ਸੀ। ਉਹ 3 ਕੁ ਮਹੀਨੇ ਜਦ DGP ਸਾਹਿਬ ਆਏ ਸੀ, ਇਹ ਘਰੋ ਘਰੀ ਤਲਾਸ਼ੀ ਲੱਗ ਗਏ ਸੀ। ਇਸ ਤੋਂ ਬੜਾ ਇਡਿਓਟਿਕ ਐਕਟ ਨਹੀਂ ਹੋ ਸਕਦਾ ਜੇ ਪੁਲਿਸ ਕਵੇ ਮੈਂ ਕੋਮਿੰਗ ਕਰ ਦੂੰਗੀ ਏਰੀਏ ਦੀ, ਕਿ ਘਰੋ ਘਰੀ ਚਲੇ ਜਾਣਗੇ। ਇਸ ਗਵਰਨਮੈਂਟ ਕੋਈ ਐਕਸ਼ਨ ਪਲਾਨ ਨਹੀਂ, ਇਹਦੇ 'ਚ ਕੋਈ ਡਾਊਟ ਨਹੀਂ ਹੈ ਕਿ ਇਹਨਾਂ ਦੇ MLA ਨੇ ਆ ਕੇ 10 ਗੁਣਾ ਨਸ਼ਾ ਕਰਤਾ। ਨੈਸ਼ਨਲ ਨਾਰਕੋਟਿਕਸ ਬਿਊਰੋ ਦੀ ਰਿਪੋਰਟ ਹੈ ਕਿ ਪਿਛਲੇ 4 ਸਾਲ 'ਚ 60 ਟਾਈਮਸ ਨਸ਼ਾ ਗਰੋ ਕੀਤਾ। ਹੁਣ ਜਿਹੜੇ ਸਪੋਕਸਪਰਸਨ ਆਮ ਆਦਮੀ ਪਾਰਟੀ ਦੇ ਕੇਸ ਕਰਾਉਂਦੇ ਸੀ, ਤੁਹਾਨੂੰ ਮੁਬਾਰਕਾਂ, ਲਹਿਰ ਹੈ, ਤੁਸੀਂ ਲਹਿਰ ਚਲਾਤੀ ਨਸ਼ੇ ਦੀ। ਜਿੰਨਾ ਕ੍ਰਾਈਮ ਵੱਧਦਾ ਇਟ ਮੀਨਸ ਉਨਾ ਜ਼ਿਆਦਾ ਨਸ਼ਾ ਵੱਧ ਰਿਹਾ। ਜੇ ਤੁਸੀਂ ਕਹੋ ਨਾ ਕਿ ਰੇਪ ਕੇਸ 1 ਨਹੀਂ ਹੋਇਆ, ਫਿਰ ਕਹੀਏ ਨਸ਼ਾ ਬੰਦ ਹੋ ਗਿਆ। ਜੇ ਤੁਸੀਂ ਕਹੋ ਸਾਡੀ ਸਰਕਾਰ ਦੇ ਦੌਰ
ਇੱਕ ਵੀ ਕੇਸ ਨਹੀਂ ਫੜਿਆ ਗਿਆ ਨਸ਼ੇ ਦਾ, ਮਗਰ ਨਸ਼ਾ ਦੂਰ ਹੋ ਗਿਆ। ਤੁਸੀਂ ਕਹਿੰਦੇ ਹੋ ਇੰਨੇ ਕੇਸ ਇੰਨੇ ਬੰਦੇ ਫੜ ਲਏ, ਇਹਦਾ ਮਤਲਬ ਨਸ਼ਾ ਵਧਿਆ। ਜੇ ਅੱਜ ਲੁਧਿਆਣਾ ਸ਼ਹਿਰ ਹੀ ਲੈ ਲਓ, ਮੰਨ ਲਓ ਮੈਂ ਲੁਧਿਆਣੇ ਨੂੰ ਬਿਲੋਂਗ ਕਰਦਾ, ਜੇ ਅੱਜ 100 ਰੇਪ ਦੇ ਕੇਸ ਸਾਲ 'ਚ ਹੋ ਜਾਣ, ਅਸੀਂ ਕਵਾਂਗੇ ਕ੍ਰਾਈਮ ਵਧਿਆ। ਪਿਛਲੇ ਸਾਲ 60 ਸੀ, ਐਤਕੀ 100 ਹੋ ਗਏ। ਤੁਸੀਂ ਕਹਿ ਕੀ ਰਹੇ ਹੋ? ਮੈਂ ਤਾਂ ਹੈਰਾਨ ਹਾਂ, ਵਟ ਆਰ ਯੂ ਟਾਕਿੰਗ? ਨਸ਼ੇ ਨੂੰ ਹੈਂਡਲ ਕਰਨ ਲਈ ਤਿੰਨ ਤਰੀਕੇ ਹੈ। ਇੱਕ ਤਾਂ ਹੈਗਾ ਨਸ਼ਾ ਆਉਂਦਾ ਕਿੱਥੋਂ ਹੈ, ਸੋਰਸ ਡੰਪ ਕੀਤਾ ਜਾਂਦਾ। ਨੰਬਰ 2, ਤੁਹਾਡੇ ਲੋਕਲ ਪੈਡਲਰਸ, ਉਹ ਸਟੇਟ ਦਾ ਰੋਲ ਹੈ। ਬਾਰਡਰ ਸਟੇਟ ਬਾਰਡਰ ਸਟੇਟ ਕੋਲ ਹੈ, ਇੰਟਰਨੈਸ਼ਨਲ ਬਾਰਡਰ ਬਾਰਡਰ ਗਵਰਨਮੈਂਟ ਆਫ ਇੰਡੀਆ ਕੋਲ ਹੈ। ਫਿਰ ਤੀਜਾ ਸੈਕਟਰ ਹੈ ਕਿ ਪੈਡਲਰਸ ਜਿਹੜੇ ਲੋਕ ਨਸ਼ੇ ਦੇ ਚਪੇਟ ਚ ਆ ਰਹੇ ਹੋ, ਕਿਉਂ ਆ ਰਹੇ ਹੈ? ਅੱਜ ਤਾਈਂ ਗਵਰਨਮੈਂਟ ਨੇ ਕਦੇ ਇਹਦੇ ਬਾਰੇ ਸੋਚਣ ਦੀ ਕੋਸ਼ਿਸ਼ ਕੀਤੀ ਹੈ? ਤੁਸੀਂ ਨਸ਼ੇ ਦੇ ਸੈਂਟਰ, ਜਿਹੜੇ ਨਸ਼ੇ ਛੁਡਾਊ ਸੈਂਟਰ ਹੈ, ਉਹਨਾਂ ਤੋਂ ਪੈਸੇ ਖਾਣੇ ਸ਼ੁਰੂ ਕਰਤੇ? ਤੁਸੀਂ ਉਹਨਾਂ ਨੂੰ ਸਿਲੈਕਟਡਲੀ ਦਿੰਦੇ ਹੋ ਕਿਹਨੂੰ ਕਿਹਨੂੰ ਦੇਣਾ ਤੇ ਕਿਹਨੂੰ ਕਿਹਨੂੰ ਨਹੀਂ ਦੇਣਾ? ਆਮ ਆਦਮੀ ਪਾਰਟੀ ਨੇ ਤਾਂ ਕਰਪਸ਼ਨ ਦਾ ਸਿਰੇ ਹੀ ਚੱਕ ਦਿੱਤਾ ਹੈ। ਇਹਨਾਂ ਦੇ MLA ਜਿਹੜੇ 92 ਹੀਰੇ ਹੈ, ਪਤਾ ਨੀ ਕਿਉਂ ਨਾਮ ਨੀ ਲੈਂਦੇ। ਅੱਧਿਆਂ ਦੇ ਨਾਮ ਲੈ ਲਓ, ਅੱਧੇ MLA ਦੇ ਨਾਮ ਲੈ ਲਓ, ਲੁਧਿਆਣੇ ਦੇ ਅੱਧਿਆਂ ਦੇ ਨਾਮ ਲੈ ਲਓ, ਇਹੀ ਕੁਛ ਕਰਦੇ ਹੈ। ਅੱਡੇ ਜੂਏ ਦੇ ਨਸ਼ ਮੈਂ ਆਪ ਕਮਿਸ਼ਨਰ ਕੋਲ ਜਾ ਕੇ ਆਇਆ, ਲਿਸਟਾਂ ਦੇ ਕੇ ਆਇਆ ਕਿਹੜੇ ਕਿਹੜੇ ਨਸ਼ਾ ਵੇਚਣੇ ਆ, ਉਹ ਫੜੇ ਨਹੀਂ ਜਾਂਦੇ। ਜਿਹੜੇ ਅਸੀਂ ਦੇ ਕੇ ਆਉਂਦੇ ਸ਼ਿਕਾਇਤਾਂ, ਸਾਡੇ ਉਲਟ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਆ, ਝੂਠੇ ਪਰਚੀਆਂ 'ਚ ਬੁਲਾਉਣਾ ਸ਼ੁਰੂ ਹੋ ਜਾਂਦਾ। ਕੋਈ ਚੰਡੀਗੜ੍ਹੋਂ ਬੁਲਾ ਰਿਹਾ, ਕੋਈ ਜਲੰਧਰੋਂ ਬੁਲਾ ਰਿਹਾ, ਕੋਈ ਅੰਮ੍ਰਿਤਸਰੋਂ ਬੁਲਾ ਰਿਹਾ। ਤੁਹਾਡੀ ਸਰਕਾਰ ਮਹਾਰਾਜ ਮਾਨ ਸਾਹਿਬ ਫੇਲ ਹੋ ਗਈ ਹੈ। ਤੁਸੀਂ ਟਾਂਡਾ ਸਾਹਿਬ ਜਿਹੜੀ ਕੰਪਲੇਂਟ ਦੇ ਕੇ ਆਏ ਹੋ, ਕਿਸੇ MLA ਦੇ ਖਿਲਾਫ ਦੇ ਕੇ ਆਏ? MLA ਦੀਆਂ ਪ੍ਰੋਟੈਕਸ਼ਨ ਹੈ ਚੌਂਕੀ ਇੰਚਾਰਜਾਂ ਨੂੰ, ਚੌਂਕੀ ਇੰਚਾਰਜਾਂ ਦੇ ਕੋਲ ਬੈਠਦੇ ਹਨ ਨਸ਼ੇ ਵਾਲੇ। ਤੁਸੀਂ ਕਿਹਾ ਕਿ ਅਸੀਂ ਬਕਾਇਦਾ ਕੰਪਲੇਂਟ ਦੇ ਕੇ ਆਇਆ, ਕਿਹਨਾਂ ਦੇ ਖਿਲਾਫ ਕੰਪਲੇਂਟ ਸੀ ਉਹ? ਪੈਡਲਰਸ ਦੇ ਖਿਲਾਫ ਵਿਦ ਨੇਮ। ਤੁਸੀਂ ਸੋਚਦੇ ਸੌਖੀ ਗੱਲ ਹੈ ਡਿਸਕਲੋਜ਼ ਕਰਨੀ ਪੈਡਲਰਸ ਦੀ? ਉਹ ਵੀ ਲਿਸਟ ਦੇ ਕੇ ਆਇਆ ਕਮਿਸ਼ਨਰ ਪੁਲਿਸ ਨੂੰ, ਜਿਹੜੇ ਮੌਜੂਦਾ ਇਹਨਾਂ ਨੂੰ ਵੀ, ਇਹਨਾਂ ਤੋਂ ਪਹਿਲਿਆਂ ਨੂੰ ਵੀ। ਐਂਡ ਇੱਕ ਕੌਸਤਵ ਸ਼ਰਮਾ ਜੀ ਸੀ ਲੁਧਿਆਣੇ DIG, ਕੱਲਾ ਉਹ ਅਫਸਰ ਸੀ ਜਿਹਨੇ ਉਸ ਰਿਪੋਰਟ ਤੇ ਹੈਲਪ ਕਰਕੇ ਰੋਕੇ ਫੜੇ ਬੰਦੇ, ਕੱਲਾ ਉਹ ਅਫਸਰ ਸੀ, ਹੋਰ ਕਿਸੇ ਨੇ ਨੀ ਫੜਿਆ। ਮੈਂ ਤੁਹਾਨੂੰ ਸੱਚਾਈ ਦੱਸਦਾ, ਅੱਖਾਂ ਦੇ ਸਾਹਮਣੇ ਵਿਕਦਾ, ਲੁਕਾਉਣ ਦੀ ਕੀ ਗੱਲ ਹੈ? ਜਿਹੜੀ ਕਿੰਨਰਾ ਸਾਹਿਬ ਕਹਿੰਦੇ ਆ ਬਿਲਕੁਲ ਸੱਚਾਈ ਕਹਿ ਰਹੇ ਹੈ। ਆ ਕੇ ਦੇਖੋ ਤਾਂ ਅਸੀਂ, ਲਿਆਓ ਤੁਹਾਨੂੰ ਦਿਖਾਈਏ, ਤੁਹਾਡੇ MLA ਦੇ ਨਾਲ ਫੋਟੋਆਂ ਖਿੱਚ ਲਓ, ਕਿਹੜੇ ਕਿਹੜੇ ਬੰਦੇ ਤੁਰੇ ਫਿਰਦੇ ਆ। ਦਿਸ ਇਜ਼ ਓਪਨ ਸੀਕ੍ਰੇਟ। ਅੱਛਾ, ਇਹਨਾਂ ਨੂੰ ਕਹੋ ਲੱਭ ਲੈਣ ਕਿਹਦੀ ਮਾਂ ਤੇ ਕਿਹਦੀ ਭੈਣ ਰੇਤਾ ਵੇਚਦੀ ਆ ਪੂਰੇ ਪੰਜਾਬ ਚ। ਸਾਰੀ ਦੁਨੀਆਂ ਨੂੰ ਪਤਾ ਰੇਤਾ ਕੌਣ ਵੇਚ ਰਿਹਾ, ਰੇਤੇ ਦਾ ਵਪਾਰ ਕੌਣ ਚਲਾ ਰਿਹਾ, ਪਤਾ ਨੀ ਤੁਹਾਨੂੰ ਨੀ ਪਤਾ? ਫਿਰ ਕਹਿੰਦੇ ਨਾਮ ਲੈ ਦਿਓ, ਕਿਹਦੇ ਕਹਿੰਦੇ ਨਾਮ ਲੈ ਚੱਲੀਏ ਤਾਂ ਕਿ ਸਾਡੇ ਦੇ ਪਰਚੇ ਕਰ ਕਰ ਅੰਦਰ ਕਰ ਦਿਓ। ਠੀਕ ਹੈ, ਚਲੋ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਦੇਖੋ ਟਾਂਡਾ ਸਾਹਿਬ, ਨਾਮ ਲੈਣ ਵਾਲੀ ਗੱਲ ਤਾਂ ਇਹ ਹੈ ਕਿ ਹੁਣ ਜਿਹੜੇ ਦਰਸ਼ਕ ਸੁਣ ਰਹੇ ਹੋਣੇ ਆ, ਉਹ ਇਹ ਸਮਝਣਾ ਤਾਂ ਚਾਹੁੰਦੇ ਹੋਣੇ ਕਿ ਐਲੀਗੇਸ਼ਨ ਕਹਿ ਕੇ ਜਾਂ ਫਿਰ ਇੱਕ ਲਿਸਟ ਦਾ ਜ਼ਿਕਰ ਕਰਕੇ, ਹੁਣ ਉਹ ਲਿਸਟ 'ਚ ਕਿਹੜੇ ਨਾਮ ਸੀ ਨਹੀਂ ਸੀ। ਮੈਂ ਤੁਹਾਡੀ ਗੱਲ ਨਾਲ ਵੀ ਸਹਿਮਤ ਹਾਂ ਕਿ ਹੁਣ ਡਰੱਗ ਪੈਡਲਰਸ ਦਾ ਇੰਨਾ ਓਪਨਲੀ ਨਾਮ, ਟਾਂਡਾ ਸਾਹਿਬ ਦੇ ਸਾਰੇ ਨਾਮ ਸੁਣ ਲਓ ਨੇ ਸਿਆਸਤ ਕਰ ਰਹੇ ਆ, ਭਾਵੇਂ ਇਹਨਾਂ ਦੀ ਪਾਰਟੀ ਜਿਹੜੀ ਖੇਰੂ ਹੋ ਗਈ ਆ। ਠੀਕ ਹੈ, ਥੋੜੇ ਵੇਟ ਕਰੋ, ਮੈਂ ਇੱਕ ਵਾਰੀ ਸੇਗੜੀ ਸਾਹਿਬ ਦਾ ਰੁਕ ਕਰ ਲਵਾਂ, ਮੈਂ ਇੱਕ ਵਾਰੀ ਐਡ ਕਰ ਲਵਾਂ ਸਾਰਿਆਂ ਨੂੰ ਨਾ, ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆਉਂਦਾ। ਮੈਂ ਸੇਗੜੀ ਸਾਹਿਬ ਦਾ, ਟਾਂਡਾ ਸਾਹਿਬ ਥੋੜੀ ਵੇਟ ਕਰੋ, ਸੇਗੜੀ ਸਾਹਿਬ ਦਾ ਰੁਕ ਕਰ ਲਵਾਂ। ਸੇਗੜੀ ਸਾਹਿਬ, ਤੁਸੀਂ ਖੁਦ ਬਾਰਡਰ ਜਿਹੜੇ ਜ਼ਿਲ੍ਹੇ ਨੇ ਪੰਜਾਬ ਦੇ, ਉਹਨਾਂ ਦੇ ਨਾਲ ਤਾਲੁਕ ਰੱਖਦੇ ਹੋ, ਕਿਵੇਂ ਇਸ ਸਮੱਸਿਆ ਨੂੰ ਦੇਖਦੇ ਹੋ? ਐਕਸ਼ਨ ਪਲਾਨ ਦਾ ਬਹੁਤ ਜ਼ਿਕਰ ਹੋ ਰਿਹਾ ਇਸ ਸਮੇਂ, ਮੁੱਖ ਮੰਤਰੀ ਕਹਿ ਰਹੇ ਨੇ ਕਿ ਜਿਹੜੇ SSPs ਦੇ ਨਾਲ ਬੈਠਕ ਕਰਕੇ ਜਾਂ ਹੋਰ ਜਿਹੜੀ ਐਕਸ਼ਨ ਪਲਾਨ ਅਸੀਂ ਬਣਾ ਰਹੇ ਹਾਂ, ਨਸ਼ੇ ਦੇ ਖਿਲਾਫ ਇੱਕ ਲਹਿਰ ਬਣਾਉਣ ਦੀ ਕੋਸ਼ਿਸ਼ ਹੈ। ਦੇਖੋ ਗੌਰਵ ਜੀ, ਮੈਂ ਤੁਹਾਨੂੰ ਦੱਸਾਂ ਕਿ ਮੈਕਸੀਕੋ ਚ ਨਕਸ਼ਾ ਜਿਹੜਾ ਵਿਕਦਾ ਨਾ ਜੀ, ਪੰਜਾਬ ਮੈਨੂੰ ਲੱਗਦਾ ਮੈਕਸੀਕੋ ਬਣਨ ਜਾ ਰਿਹਾ। ਅੱਜ ਪਿਛਲੇ 2 ਸਾਲ ਚ ਇੰਤਹਾ ਹੋ ਗਈ, ਅੱਤ ਹੋ ਗਈ ਜਿਹਨੂੰ ਕਹਿੰਦੇ। ਦੇਖੋ ਅੱਜ ਪੰਜਾਬ ਦੇ ਵਿੱਚ ਜਿਹੜਾ ਮੈਂ
ਇੰਟਰਨੈਟ ਤੋਂ ਚੈੱਕ ਕੀਤਾ, ਤਕਰੀਬਨ ਤਕਰੀਬਨ 31.8% ਜਿਹੜਾ ਅਲਕੋਹਲ ਦਾ ਨਸ਼ਾ ਹੈ ਜਿਹੜਾ ਯੂਥ ਦੇ ਵਿੱਚ, 18% ਦੇ ਕਰੀਬ ਤੰਬਾਕੂ ਦਾ ਨਸ਼ਾ ਹੈ, ਔਰ 31% ਜਿਹੜਾ ਨਸ਼ਾ ਹੈ ਦੈਟ ਇਜ਼ ਜਿਹੜਾ ਨਾਰਕੋਟਿਕਸ ਜਿਹਨੂੰ ਕਹਿੰਦੇ ਆ ਵੀ ਚਿੱਟਾ ਜਾਂ ਜਿਹੜਾ ਅਫੀਮ ਹੈਰੋਇਨ ਇਹ ਸਭ 31% ਹੈ। ਠੀਕ ਹੈ, ਤੋ ਸਾਡਾ ਪੰਜਾਬ ਦਾ ਨੌਜਵਾਨ ਜਿਹਨੂੰ ਕਿ ਗੁਰਬਾਣੀ ਚ ਮਨਾ ਹੈ ਨਸ਼ਾ, ਸਾਡੇ ਧਰਮ ਚ ਨਸ਼ਾ ਮਨਾ ਹੈ, ਸਾਡੇ ਮਾਂ ਬਾਪ ਨੇ ਸਾਨੂੰ ਨਸ਼ੇ ਲਈ ਕਦੀ ਨੀ ਕਿਹਾ, ਪਰ ਅੱਜ ਸਾਡਾ ਸਾਰਾ ਪੰਜਾਬ ਜਿਹੜਾ ਵਾ ਇਹ ਨਸ਼ੇ ਚ ਡੁੱਬਿਆ ਪਿਆ। ਇਹਦਾ ਕਾਰਨ ਦੇਖੋ ਕਿੱਥੇ, ਆਪਾਂ ਕਾਂਗਰਸ ਪਾਰਟੀ ਦਾ, ਅਕਾਲੀ ਦਲ ਦਾ ਜਾਂ ਆਪ ਪਾਰਟੀ ਦਾ ਰਾਜ ਦੇਖ ਲਿੱਤਾ, ਪਰ ਹਾਲਾਤ ਗਰਾਊਂਡ ਤੇ ਇਹ ਨੇ ਕਿ ਪਿਛਲੇ ਸਾਲ ਹਰ ਦੂਸਰੇ ਦਿਨ ਇੱਕ ਬੱਚੇ ਦੀ ਡੈਥ ਹੁੰਦੀ ਸੀ, ਐਵਰੀ ਸੈਕਿੰਡ ਡੇ ਵਨ ਚਾਈਲਡ ਵਾਸ ਡੈਡ, 144 ਤੋਂ ਵੱਧ ਮੌਤਾਂ ਪਿਛਲੇ ਸਾਲ ਹੋਈਆਂ, ਔਰ ਇਸ ਸਾਲ ਜਿਹੜਾ ਐਵਰੇਜ ਚੱਲ ਰਿਹਾ ਹਰ ਰੋਜ਼ ਇੱਕ, ਸਾਡੇ ਨੌਜਵਾਨ ਬੱਚੇ ਹਰ ਰੋਜ਼ ਇੱਕ ਬੱਚਾ ਮਰ ਰਿਹਾ, ਸੋ ਇਨਕਰੀਜ਼ ਹੋ ਰਿਹਾ, ਸਿਚੁਏਸ਼ਨ ਇਜ਼ ਵੈਰੀ ਅਲਾਰਮਿੰਗ। ਮੈਂ ਹੈਰਾਨ ਹੈ ਕਿ ਇੱਥੇ ਜਿਹੜੇ ਜਿਹੜੇ ਇਲਜ਼ਾਮ ਲੱਗੇ ਨੇ ਕਿ ਬਈ ਕਾਂਗਰਸ ਪਾਰਟੀ ਦੇ ਲੀਡਰਸ ਨੇ ਕਿਹਾ ਕਿ ਕੰਵਰ ਵਿਜੇ ਪ੍ਰਤਾਪ ਜੀ ਨੇ ਆਪਣੇ ਮੈਂਬਰ ਪਾਰਲੀਮੈਂਟ ਦਾ ਨਾਂ ਲੈ ਕੇ ਕਿਹਾ, ਔਰ ਦੂਸਰੇ ਬੜੇ ਢਾਂਡਾ ਸਾਹਿਬ ਨੇ ਵੀ ਕਹਿਤਾ ਲੀਡਰਾਂ ਦੇ ਨਾਮ ਆ ਰਹੇ ਨੇ। ਐਕਚੁਅਲ ਗੱਲ ਇਹ ਹੈ ਕਿ ਅਗਰ ਪੋਲੀਟੀਸ਼ੀਅਨ ਜਿਹੜੇ ਨੇ ਜਿਹੜੇ ਪਾਵਰ ਚ ਨੇ ਉਹ ਆਪਣੀ ਮਰਜ਼ੀ ਨਾਲ ਪੁਲਿਸ ਦਾ ਅਫਸਰ ਲਵਾਉਂਦੇ ਨੇ ਥਾਣੇ ਦੇ ਵਿੱਚ ਔਰ ਚੌਕੀ ਦੇ ਵਿੱਚ, MLA ਦੀ ਮਰਜ਼ੀ ਨਾਲ ਲੱਗਦੇ ਨੇ, ਤੇ ਮੈਂ ਸਮਝਦਾ ਜਿਸ ਥਾਣੇ ਚ ਨਸ਼ਾ ਵਿਕਦਾ ਹੈ ਉਸਦੇ MLA ਦੇ ਵੀ ਓਨਾ ਹੀ ਐਕਸ਼ਨ ਹੋਣਾ ਚਾਹੀਦਾ ਜਿੰਨਾ ਥਾਣੇਦਾਰ ਦੇ ਹੋਣਾ ਚਾਹੀਦਾ, ਪਹਿਲਾਂ ਤਾਂ ਇਹ ਕਰਨਾ ਚਾਹੀਦਾ। ਔਰ ਦੂਜੀ ਗੱਲ ਜੇ ਮਾਹੌਲ ਬਣਾਉਣ ਦੀ ਗੱਲ ਕਰ ਰਹੇ ਮੁੱਖ ਮੰਤਰੀ ਸਾਹਿਬ, ਮੈਂ 2016 ਚ ਵਿਧਾਨ ਸਭਾ ਚ ਗੱਲ ਕਹੀ ਸੀ, ਉਦੋਂ ਬਾਦਲ ਸਾਹਿਬ ਮੁੱਖ ਮੰਤਰੀ ਸਨ, ਕਿ ਉਹ ਸਾਰੇ ਜਿੰਨੇ 117 MLA ਬੈਠੇ ਸਾਰੀਆਂ ਪਾਰਟੀਆਂ ਦੇ, ਆਪਾਂ ਚੱਲੀਏ ਸਾਰੇ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਜਾ ਕੇ ਕਸਮ ਖਾ ਲਈ ਕਿ ਅਸੀਂ ਨਸ਼ਾ ਨਹੀਂ ਕਰਾਂਗੇ, ਨਾ ਸ਼ਰਾਬ ਪੀਆਂਗੇ ਨਾ ਕੋਈ ਨਸ਼ਾ ਕਰਾਂਗੇ, ਤੇ ਕੋਈ ਨਹੀਂ ਸੀ ਤੁਰਿਆ। ਮੈਂ ਅੱਜ ਫਿਰ ਕਹਿੰਦਾ ਮੁੱਖ ਮੰਤਰੀ ਸਾਹਿਬ ਨੂੰ, ਮਾਨ ਸਾਹਿਬ ਤੁਸੀਂ ਬੱਚੇ ਲੈ ਗਏ ਸਾਡੇ ਹਰਿਮੰਦਰ ਸਾਹਿਬ, ਤੁਸੀਂ ਬੱਚਿਆਂ ਨੂੰ ਸਾਈਕਲ ਚੜਾ ਕੇ ਝੰਡੀਆਂ ਦਿਖਾ ਦਿੱਤੀਆਂ, ਚਲੋ ਤੁਸੀਂ ਕੁਛ ਮੈਂ ਤੁਹਾਨੂੰ ਇੱਕੋ ਸੁਜੈਸ਼ਨ ਦਿੰਦਾ ਮਾਨ ਸਾਹਿਬ, ਮੁੱਖ ਮੰਤਰੀ ਹੋ ਸਾਰੇ ਪੰਜਾਬ ਦੇ, ਆਓ ਚੱਲੀਏ ਹਰਿਮੰਦਰ ਸਾਹਿਬ, ਜਿੰਨੇ ਬੰਦੇ ਨੇ ਚੁਣਾਵ ਲੜੇ 2022 ਚ, ਚਾਹੇ ਜਿੱਤੇ ਜਾਂ ਹਰੇ, ਸਭ ਨੂੰ ਢਾ ਕੇ ਚਲੇ ਜਾਓ, ਉੱਥੇ ਕਸਮ ਖਾ ਲਓ ਕਿ ਨਾ ਸ਼ਰਾਬ ਪੀਆਂਗੇ ਨਾ ਕੋਈ ਨਸ਼ਾ ਕਰਾਂਗੇ। ਪਹਿਲਾਂ ਆਪ ਤਾਂ ਸਾਫ਼ ਹੋ ਜਾਈਏ, ਜੇ ਆਪ ਸਾਫ਼ ਹੋ ਜਾਓਗੇ ਨਾ ਤੇ ਫਿਰ ਪੰਜਾਬ ਚ ਨਸ਼ਾ ਵੀ ਸਾਫ਼ ਹੋਣਾ ਸ਼ੁਰੂ ਹੋ ਜਾਊਗਾ। ਆਪਣੇ ਘਰ ਚ ਗੰਦ ਪਿਆ ਤੇ ਬਾਹਰ ਦੇ ਘਰ ਦਾ ਗੰਦ ਕਿੱਦਾਂ ਸਾਫ਼ ਕਰ ਲਾਂਗੇ? ਠੀਕ ਹੈ, ਕਿਹੜਾ ਕਿਹੜਾ ਬੰਦਾ ਕਿੰਨੀ ਕਿੰਨੀ ਦਾਰੂ ਪੀਂਦਾ ਤੇ ਕਿੰਨੇ ਕਿੰਨੇ ਨਸ਼ੇ ਕਰਦਾ ਪਤਾ ਨਹੀਂ ਹੈ ਤੁਹਾਨੂੰ? ਪਹਿਲਾਂ ਆਪ ਦੇਓਗੇ ਨੀ ਸਿੰਘਣੀ ਸਾਹਿਬ, ਪੰਜਾਬ ਦੇ ਵਿੱਚ ਹਮੇਸ਼ਾ ਤੋਂ ਇੱਕ ਚਰਚਾ ਦਾ ਵਿਸ਼ਾ ਰਿਹਾ ਹੈ ਕਿ ਤੁਸੀਂ ਸ਼ਰਾਬ ਨੂੰ ਉਸ ਡਰੱਗਸ ਦੇ ਵਿੱਚ ਕਾਊਂਟ ਕਰਦੇ ਹੋ ਜਾਂ ਨਹੀਂ। ਇਹ ਪੰਜਾਬ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਹੈ ਕਿ ਤੁਸੀਂ ਵਾਕਈ ਸ਼ਰਾਬ ਨੂੰ ਜਿਵੇਂ ਆਪਾਂ ਨਸ਼ਾ ਤਾਂ ਨਸ਼ਾ ਹੀ ਹੈ ਨਹੀਂ। ਠੀਕ ਹੈ, ਤੁਹਾਡੇ ਨਾਲ ਮੈਂ ਸਹਿਮਤ ਹਾਂ, ਮੈਨੂੰ ਦੱਸੋ ਗੌਰਵ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜਿਹੜੇ ਸਿੰਥੈਟਿਕ ਡਰੱਗਸ ਹੈ ਜਿਵੇਂ ਆਪਾਂ ਚਿੱਟੇ ਦਾ ਜ਼ਿਕਰ ਕਰਦੇ ਹਾਂ ਕਿ ਉਹਨਾਂ ਨੂੰ ਇੱਕ ਵੱਖ ਕੈਟਾਗਰੀ ਦੇ ਵਿੱਚ ਰੱਖਿਆ ਜਾਵੇ, ਸ਼ਰਾਬ ਨੂੰ ਇੱਕ ਵੱਖ ਚ ਰੱਖਿਆ ਜਾਵੇ, ਕੀ ਪੋਸਿਬਿਲਿਟੀ ਹੈ? ਗੁਰਬਾਣੀ ਜੀ ਕਿਤੇ ਲਿਖਿਆ ਹੈ ਸ਼ਰਾਬ ਪੀਣਾ? ਗੁਰਬਾਣੀ ਜੀ ਸ਼ਰਾਬ ਬਣਾ ਹੈ ਕਿ ਨਹੀਂ ਹੈ? ਦੇਖੋ ਮੈਂ ਬਹੁਤ ਕਲੀਅਰ ਕਹਿ ਰਿਹਾ ਕਿ ਸ਼ਰਾਬ ਨਸ਼ਾ ਨਹੀਂ ਹੈ, ਇਹ ਕਿਸੇ ਵੀ ਕਿਤਾਬ ਚ ਨਹੀਂ ਲਿਖਿਆ ਸ਼ਰਾਬ ਨਸ਼ਾ ਹੈ, ਕੋਈ ਇਸ ਦੇ ਵਿੱਚ ਡਾਊਟ ਨਹੀਂ ਹੈ।
ਪਰ ਦੇਖੋ ਸੋਸਾਇਟੀ ਦੇ ਵਿੱਚ ਇੱਕ ਕੈਟਾਗਰਾਈਜ਼ ਵਾਈਜ਼ ਨਾ ਅਲੱਗ ਅਲੱਗ ਨਸ਼ੇ ਹੋਰ ਰੱਖੇ ਨੇ। ਸ਼ਰਾਬ ਨਾਲ ਬੰਦੇ ਨਹੀਂ ਮਰਦੇ? ਨਹੀਂ, ਮੈਂ ਤੁਹਾਡੀ ਗੱਲ, ਮੇਰੀ ਗੱਲ ਕੰਪਲੀਟ ਹੋ ਲੈਣ ਦਿਓ, ਤੁਸੀਂ ਆਪਣਾ ਕਮੈਂਟ ਦਿਓ ਉਸ ਦੇ ਉੱਤੇ। ਮੇਰੀ ਇੱਕ ਵਾਰੀ ਗੱਲ ਕੰਪਲੀਟ ਹੋ ਲੈਣ ਦਿਓ ਸੇਖੜੀ ਸਾਹਿਬ, ਮੈਂ ਬਾਕੀਆਂ ਤੋਂ ਵੀ ਇਸੇ ਗੱਲ ਦੇ ਉੱਤੇ ਕਮੈਂਟ ਜ਼ਰੂਰ ਲਾਊਂਗਾ ਕਿ ਜਿਹੜਾ ਸ਼ਰਾਬ ਦਾ ਨਸ਼ਾ ਹੈ ਜਾਂ ਜਿਹੜੇ ਤੰਬਾਕੂ ਦਾ ਨਸ਼ਾ ਕਰਦੇ ਨੇ, ਬਹੁਤ ਸਾਰੇ ਲੋਕ ਸਮੋਕਿੰਗ ਕਰਦੇ ਨੇ, ਇੱਕ ਇਹੋ ਜਿਹਾ ਨਸ਼ਾ ਹੈ ਜਿਹਨੂੰ ਤੁਸੀਂ ਬਹੁਤ ਸਾਰੇ ਲੋਕ ਪਬਲਿਕਲੀ ਕਰਦੇ ਨੇ। ਅੱਛਾ, ਬਹੁਤ ਸਾਰੇ ਐਸੇ ਨਸ਼ੇ ਨੇ ਜਿਵੇਂ ਚਿੱਟੇ ਦਾ, ਕੋਈ ਕੋਈ ਜਿਹੜੇ ਦੇਸੀ ਨਸ਼ੇ ਹੈ, ਕੋਈ ਜਿਹੜੇ ਸਿੰਥੈਟਿਕ ਨਸ਼ਾ ਹੈ, ਅਲੱਗ ਅਲੱਗ ਤਰੀਕੇ ਦੇ ਨਸ਼ੇ ਨੇ। ਉਹ ਇਸ ਤਰੀਕੇ ਦੇ ਨਸ਼ੇ ਹੈ ਜਿਹਨਾਂ ਨੂੰ ਇੱਕ ਅਲੱਗ ਕੈਟਾਗਰੀ ਦੇ ਵਿੱਚ ਰੱਖਿਆ, ਸਰਕਾਰ ਨੇ ਕੋਈ ਅਲੱਗ ਕੈਟਾਗਰੀ ਨਹੀਂ ਕੀਤੀ ਕੋਈ, ਪਰ ਸਮਾਜਿਕ ਤੌਰ ਦੇ ਉੱਤੇ ਵੱਖਰੀਆਂ ਵੱਖਰੀਆਂ ਕੈਟਾਗਰੀਜ਼ ਹੋ ਗਈਆਂ ਕਿ ਜੇ ਅੱਜ ਕਿਸੇ ਨੂੰ ਕਹੋ ਕਿ ਉਹ ਨਸ਼ਾ ਕਰਦਾ ਤਾਂ ਫਿਰ ਇਹਦਾ ਮਤਲਬ ਇਹ ਨਹੀਂ ਗਿਣਿਆ ਜਾਂਦਾ ਕਿ ਉਹ ਸ਼ਰਾਬ ਪੀ ਰਿਹਾ। ਸੁਣੋ ਗੌਰਵ ਜੀ, ਮੈਨੂੰ ਇੱਕ ਮਿੰਟ ਜ਼ਰੂਰ ਦੇ ਦਿਓ ਪਲੀਜ਼। ਜੀ ਜੀ ਪਲੀਜ਼। ਮੈਂ 1985 ਚ ਪਹਿਲਾਂ ਚੁਣਾਵ ਲੜਿਆ ਸੀ, 25 ਸਾਲ ਦਾ ਸੀ ਜੀ। ਉਦੋਂ ਮੈਂ ਕਦੀ ਸ਼ਰਾਬ ਨੂੰ ਸ਼ਰੇਆਮ ਇੱਦਾਂ ਪੀਂਦੇ ਨਹੀਂ ਦੇਖਿਆ ਲੋਕਾਂ, ਵਿਆਹ ਵਿੱਚ ਸ਼ਰਾਬਾਂ ਪੀਂਦੇ। ਅੱਜ ਤਾਂ ਫੈਸ਼ਨ ਹੋ ਗਿਆ, ਤੇ 5-7 ਸਾਲ ਬਾਅਦ ਜਿਹੜੇ ਤੁਹਾਡੇ ਡੋਜ਼ ਨੇ ਹੀਰੋਇਨ ਦੇ ਔਰ ਦੂਸਰੇ ਨਸ਼ੇ, ਇਹ ਵੀ ਫੈਸ਼ਨ ਹੋ ਜਾਏਗਾ। ਦੇਖੋ ਇਹ ਚੀਜ਼ ਜਿਹੜੀ ਸ਼ੁਰੂਆਤ ਹੀ ਸ਼ਰਾਬ ਤੋਂ ਹੁੰਦੀ ਹੈ। ਬੱਚਾ ਪਹਿਲਾਂ ਸ਼ਰਾਬ ਪੀਂਦਾ, ਫਿਰ ਉਹ ਸਿਗਰਟ ਪੀਂਦਾ, ਫਿਰ ਉਹ ਡਰੱਗਸ ਜਾਂਦਾ। ਠੀਕ ਹੈ, ਸਵਾਲ ਇਹ ਹੈ ਕਿ ਆਪਣੇ ਲੀਡਰ ਜਿਹੜੇ ਨੇ, ਜਿਹਨਾਂ ਨੇ ਜ਼ਿੰਮੇਵਾਰੀ ਚੱਕੀ ਹੈ ਔਰ ਕਿਹਾ ਸਟੇਜ ਤੇ ਕਿਹਾ ਉਹਨਾਂ ਨੇ ਕਿ ਅਸੀਂ ਨਸ਼ੇ ਰੋਕਾਂਗੇ, ਤੇ ਚਲੋ ਮੈਂ ਕਹਿੰਦਾ ਮਾਨ ਸਾਹਿਬ ਜ਼ਿਆਦਾ ਨੀ, ਮੈਂ ਤੁਹਾਡੇ ਨਾਲ ਚੱਲ ਰਿਹਾ, ਤੁਸੀਂ ਚਲੋ ਉਮਰ ਦੇ ਵਿੱਚ ਮੇਰੇ ਤੋਂ ਕਾਫੀ ਵੱਡੇ ਹੋਣੇ ਆ, ਪਰ ਇਹ ਚੀਜ਼ ਸਭ ਨੇ ਨੋਟ ਕੀਤੀ ਹੈ ਕਿ ਪਿਛਲੇ ਕੁਝ ਟਾਈਮ ਪਹਿਲਾਂ ਹੁੰਦਾ ਸੀ ਕਿ ਟੈਂਟ ਲੱਗਿਆ ਵਿਆਹ ਦਾ, ਤੇ ਟੈਂਟ ਦੇ ਪਰਦੇ ਦੇ ਪਿੱਛੇ ਪਾਸੇ ਕਿਸੇ ਨੇ ਗੱਡੀ ਖੜਾਈ ਹੋਈ ਹੈ ਜਾਂ 4 ਬੋਤਲਾਂ ਰੱਖੀਆਂ ਹੋਈਆਂ, ਸ਼ਰਾਬ ਪੀਤੀ ਜਾ ਰਹੀ ਸੀ, ਅੱਜ ਕੱਲ੍ਹ ਪੂਰੀ ਟ੍ਰੇ ਦੇ ਵਿੱਚ ਪਾ ਕੇ ਸਰਵ ਕਰ ਦਿੱਤੀ ਜਾਂਦੀ। ਕਿੰਗਰਾ ਸਾਹਿਬ ਕੁਝ ਕਹਿ ਰਹੇ ਸੀ, ਮੈਂ ਸੇਗੜੀ ਸਾਹਿਬ ਤੁਹਾਡੇ ਕੋਲ ਆਉਣਾ, ਤੁਹਾਡਾ ਪੁਆਇੰਟ ਬਹੁਤ ਵੈਲਿਡ ਆਇਆ, ਆਪਾਂ ਇਸ ਦੇ ਉੱਤੇ ਗੱਲ ਕਰਦੇ ਹਾਂ ਥੋੜੀ। ਕਿੰਗਰਾ ਸਾਹਿਬ ਤੁਸੀਂ ਕੁਝ ਕਹਿ ਰਹੇ ਸੀ, ਮੈਂ ਸੇਗੜਾ ਸਾਹਿਬ ਤੁਹਾਡੇ ਕੋਲ ਆਇਆ। ਕਿੰਗਰਾ ਸਾਹਿਬ ਅੱਧਾ ਮਿੰਟ ਰੁਕੋ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿਹੜਾ ਨਸ਼ਾ ਹੈ ਨਾ, ਉਹਦੀ ਡੈਫੀਨੇਸ਼ਨ ਲੀਗਲ ਹੈ ਜੀ। ਜਿਹੜਾ ਸਬਸਟੈਂਸ ਲੀਗਲੀ ਅਲਾਊਡ ਨਹੀਂ ਹੈ ਉਹ ਡਰੱਗ ਹੈ, ਜਿਹੜਾ ਸਬਸਟੈਂਸ ਲੀਗਲੀ ਅਲਾਊਡ ਹੈ ਉਹ ਡਰੱਗ ਨਹੀਂ ਹੈ। ਕਿਸ ਤਰ੍ਹਾਂ ਦੀ ਗੱਲ ਕਰੋ ਤੁਸੀਂ, ਦੇਖੋ ਇੱਕ ਜਿਹੜੀ ਉਹਨਾਂ ਦਾ ਪੁਆਇੰਟ ਹੈ, ਕਿੰਗਰ ਸਾਹਿਬ ਮਾਫੀ ਚਾਹ ਰਹੇ ਵਿਚਾਲੇ ਰੁਕੇ, ਕਹਿੰਦੇ ਉੱਥੇ ਪੁਆਇੰਟ ਉੱਥੇ ਇੱਕ ਜ਼ੀਰੋ ਤੋਂ ਸ਼ੁਰੂ ਹੁੰਦਾ ਨਾ, ਤਾਂ ਉਹ ਸ਼ਰਾਬ ਤੋਂ ਹੀ ਕੰਮ ਸ਼ੁਰੂ ਹੁੰਦਾ ਹੈ, ਵੱਧਾ ਵੱਧਾ ਕਿਤੇ। ਮੇਰੀ ਮੈਨੂੰ ਪੂਰੀ ਗੱਲ ਕਰਨ ਦਿਓ। ਜੀ ਜੀ ਪਲੀਜ਼ ਕਰ। ਪੰਜਾਬ ਦੇ ਵਿੱਚ ਉਹ ਗੁਰਬਾਣੀ ਨੂੰ ਮੰਨਦੇ ਆ, ਬਣੀ ਹੈ 1947 ਦੇ ਵਿੱਚ, ਮੰਨਦੇ ਆ ਕਿ ਨਹੀਂ ਮੰਨਦੇ ਆ? ਆਪ ਗਲਤ ਕਹਿ ਰਹੇ ਹੋ, ਸਗੇੜਾ ਸਾਹਿਬ ਵੀ ਗਲਤ ਕਹਿ ਰਹੇ ਹੋ। ਲਾਅ ਜਿਹੜਾ ਵਾ, ਲਾਅ ਜਿਹੜਾ ਅਸੀਂ ਬਣਾਇਆ ਜੀ, ਗੁਰਬਾਣੀ ਨੂੰ ਮੰਨਦੇ ਆ ਨਾ, ਅਲਾਈ ਲਾਅ ਨੂੰ। ਆਪਾਂ ਜਦੋਂ ਬੜੀ ਲਹਿਰ ਦਾ ਜ਼ਿਕਰ ਕਰ ਰਹੇ ਹਾਂ, ਤਾਂ ਲਹਿਰ ਨਸ਼ੇ ਦੇ ਖਿਲਾਫ ਕੀ ਸ਼ਰਾਬ ਤੋਂ ਸ਼ੁਰੂ ਹੋਵੇ? ਇੱਕ ਵਾਰੀ ਕਿੰਗਰਾ ਸਾਹਿਬ ਨੂੰ ਕੰਪਲੀਟ ਕਰ ਲੈਣ ਦੋ, ਮੈਂ ਬਾਕੀ ਮਹਿਮਾਨਾਂ ਦਾ ਵੀ ਰੁਕਣਾ। ਕਿੰਗਰਾ ਜੀ, 1947 ਚ ਅਸੀਂ ਆਜ਼ਾਦ ਹੋਏ ਸੀ ਜੀ, 1947 ਚ ਅਸੀਂ ਆਜ਼ਾਦ ਸੀ, ਸਾਡੇ ਜਿਹੜੇ ਠੇਕੇ ਹੁੰਦੇ ਸੀ ਜੀ, ਉਦੋਂ ਅਫੀਮ ਜਿਹੜਾ ਉਹਨੂੰ ਅਸੀਂ ਨਸ਼ੇ ਚ, ਓਪੀਏਟ ਨੂੰ ਨਸ਼ੇ ਚ ਨਹੀਂ ਗਿਣਦੇ ਸੀ ਕਿਉਂਕਿ ਸਾਡੇ ਸਰਕਾਰ ਦੇ ਠੇਕੇ ਹੁੰਦੇ ਸੀ, ਫਿਰ ਅਸੀਂ ਉਹਨੂੰ ਨਸ਼ੇ ਚ ਗਿਣਿਆ, ਉਹਨੂੰ ਇਲੀਗਲ ਕਰ ਦਿੱਤਾ, ਨਸ਼ੇ ਦੇ ਠੇਕੇ ਬੰਦ ਹੋ ਗਏ। ਗੁਜਰਾਤ ਨੇ ਸ਼ਰਾਬ ਨੂੰ ਨਸ਼ਾ ਮੰਨਿਆ ਹੋਇਆ, ਗੁਜਰਾਤ ਦੇ ਵਿੱਚ ਡਰਾਈ ਸਟੇਟ ਹੈ। ਸੋ ਇਸੇ ਤਰ੍ਹਾਂ ਜੇ ਤੁਸੀਂ ਸ਼ਰਾਬ ਨੂੰ ਨਸ਼ਾ ਮੰਨਦੇ ਹੋ ਤਾਂ ਤੁਹਾਨੂੰ ਡਿਕਲੇਅਰ ਕਰਨਾ ਪਏਗਾ ਲੀਗਲੀ, ਕਾਨੂੰਨ ਦੇ ਤਹਿਤ ਕਿ ਸ਼ਰਾਬ ਇੱਕ ਨਸ਼ਾ ਹੈ ਔਰ ਇਹ ਲੀਗਲੀ ਜਿਹੜਾ ਹੈ ਪੰਜਾਬ ਨੂੰ ਡਰਾਈ ਸਟੇਟ। ਤੁਸੀਂ ਤਾਂ ਬੋਸਟ ਕਰਦੇ ਹੋ ਬੈਠ ਕੇ ਕਿ ਪਿਛਲੇ ਸਾਲ ਸਾਡਾ 5,000 ਕਰੋੜ ਦਾ ਰੈਵਨਿਊ ਸੀ, ਐਤਕੀ ਸਾਡਾ 8,000 ਕਰੋੜ ਦਾ ਰੈਵਨਿਊ ਆਇਆ। ਦੇਖੋ ਤੁਸੀਂ ਕੇਜਰੀਵਾਲ ਜੀ ਨੇ ਆਪਦੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਆਖਿਆ ਸੀ ਕਿ 20,000 ਕਰੋੜ ਅਸੀਂ ਸ਼ਰਾਬ ਤੋਂ ਕਮਾ ਲਿਆ ਕਰਾਂਗੇ। ਸ਼ਰਾਬ ਦੇ ਘੁਟਾਲੇ ਤਾਂ ਕੇਜਰੀਵਾਲ ਫਸਿਆ ਹੋਇਆ ਅੰਦਰ,
ਤੁਸੀਂ ਕਹਿ ਜਾਣਾ ਸ਼ਰਾਬ ਨਸ਼ਾ, ਇਹ ਮੰਨੇ ਤਾਂ ਸਹੀ ਸਰਕਾਰ ਕਿ ਸ਼ਰਾਬ ਨਸ਼ਾ ਹੈ, ਕਿਹੜੇ ਘੁਟਾਲੇ ਚ ਕੇਜਰੀਵਾਲ ਅੰਦਰ ਹੈ? ਉਹ ਸ਼ਰਾਬ ਦੇ ਨਸ਼ੇ ਦਾ ਰੈਵਨਿਊ ਸਾਹਿਬ ਦੇਖੋ ਪੁਆਇੰਟ ਪੁਆਇੰਟ ਇਹ ਹੈ, ਇਹ ਜਿਹੜਾ ਰੈਵਨਿਊ ਵਾਲਾ ਜ਼ਿਕਰ ਹੈ ਨਾ, ਤੁਸੀਂ ਬਹੁਤ ਇੰਪੋਰਟੈਂਟ ਗੱਲ ਕਹੀ, ਇਨਫੈਕਟ ਮੈਂ ਕਹਿ ਰਿਹਾ ਸੀ ਕਿ ਸਰਕਾਰ ਨੇ ਕੈਟਾਗਰਾਈਜ਼ ਨਹੀਂ ਕੀਤਾ, ਪਰ ਤੁਸੀਂ ਉਸ ਨੂੰ ਦਰੁਸਤ ਕਰ ਦਿੱਤਾ ਮੇਰੀ ਗੱਲ ਨੂੰ ਕਿ ਕੈਟਾਗਰਾਈਜ਼ ਤਾਂ ਆਟੋਮੈਟਿਕਲੀ ਹੋ ਗਿਆ ਕਿ ਜਦੋਂ ਲੀਗਲ ਹੋ ਗਈ ਸ਼ਰਾਬ ਕਿ ਜਾ ਕੇ ਖਰੀਦੀ ਜਾ ਸਕਦੀ ਹੈ, ਤੇ ਦੂਜੇ ਪਾਸੇ ਜਿਹੜੇ ਡਰੱਗਸ ਦੂਸਰੇ ਹੈ ਉਹ ਨਹੀਂ ਖਰੀਦੇ ਜਾ ਸਕਦੇ, ਉਹ ਬਿਲਕੁਲ ਬੈਨਡ ਐਂਡ ਲੀਗਲ ਨਹੀਂ ਹੈ, ਤਾਂ ਉਹ ਆਪਣੇ ਕੈਟਾਗਰਾਈਜ਼ ਹੋ ਗਿਆ। ਮੈਂ ਸੰਘੇੜਾ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ, ਪਰ ਜਿਹੜਾ ਰੈਵਨਿਊ ਵਾਲੀ ਵੀ ਗੱਲ ਹੈ ਨਾ, ਸ਼ਰਾਬ ਤੋਂ ਜਿਹੜਾ ਰੈਵਨਿਊ ਆਉਂਦਾ ਉਹ ਹਰ ਸਰਕਾਰ ਦੀ ਨਜ਼ਰ ਹੁੰਦੀ ਹੈ ਉਸ ਦੇ ਉੱਤੇ ਕਿ ਕਿੰਨੀਆਂ ਬੋਤਲਾਂ ਸ਼ਰਾਬ ਦੀਆਂ ਵੇਚਤੀਆਂ ਨਹੀਂ ਵੇਚਤੀਆਂ। ਸੰਘੇੜਾ ਸਾਹਿਬ, ਗੌਰਵ ਜੀ 2 ਮਿੰਟ ਮੈਨੂੰ ਦੇ ਦਿਓ। ਜੀ ਜੀ ਪਲੀਜ਼। ਮੈਂ ਇਹ ਕਹਿੰਦਾ ਵੀ ਇਹ ਗੱਲ ਠੀਕ ਹੈ ਜੋ ਕਿੰਗਰਾ ਜੀ ਨੇ ਗੱਲ ਕਹੀ ਹੈ, ਨਸ਼ਾ ਤਾਂ ਹੈਗਾ ਸ਼ਰਾਬ, ਪਰ ਸਰਕਾਰਾਂ ਤਾਂ ਉਹ ਚੀਜ਼ ਨੂੰ ਕੰਟਰੋਲ ਕਰਨਗੀਆਂ ਨਾ ਜਿਹੜੀ ਗੈਰ ਕਾਨੂੰਨੀ ਚੀਜ਼ ਹੈ। ਸੋ ਆਪਣੀ ਅੱਜ ਜਿਹੜੀ ਬਹਿਸ ਆ ਉਹ ਇਲੀਗਲ ਡਰੱਗਸ ਤੇ ਹੀ ਹੈ, ਮੈਂ ਤਾਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ, ਨਸ਼ਾ ਹੈਗਾ ਸ਼ਰਾਬ। ਮੈਂ ਸੇਖਰੀ ਸਾਹਿਬ ਨਾਲ ਬਿਲਕੁਲ ਸਹਿਮਤ ਨਹੀਂ ਹੈ ਕਿ ਸਹੁੰ ਖਾ ਕੇ ਨਸ਼ਾ ਬੰਦ ਹੋ ਜੂਗਾ ਜੇ ਸਾਰੇ ਜਣੇ ਸਹੁੰ ਖਾ ਲੈਣ। ਸਹੁੰ ਖਾਣ ਨਾਲ ਨਹੀਂ ਹੁੰਦਾ, ਇਹ ਇੱਕ ਜਿਹੜੀ ਭਗਵੰਤ ਮਾਨ ਸਾਹਿਬ ਨੇ ਗੱਲ ਕੀਤੀ ਉਹਦੇ ਤੇ ਸਾਰੇ ਹੀ ਸੰਜਮ ਕਰਕੇ ਇਹ ਸਿਆਸਤ ਕਰ ਰਹੇ ਆ। ਪੰਜਾਬ ਸਰਕਾਰ ਰੀਹੈਬਿਲੀਟੇਸ਼ਨ ਸੈਂਟਰ ਚਲਾ ਰਹੀ ਆ, ਜਿਹੜੇ ਸਪਲਾਇਰ ਆ ਉਹਨਾਂ ਤੇ ਕਾਰਵਾਈ ਕਰ ਰਹੀ ਆ, ਜਿਹੜੇ ਹੋਲਸੇਲ ਤੇ ਆ ਉਹਨਾਂ ਤੇ ਸਪਲਾਈ ਕਾਰਵਾਈ ਕਰ ਰਹੀ ਆ, ਬਲੈਕ ਸ਼ੀਟਸ ਤੇ ਕਾਰਵਾਈ ਕਰ ਰਹੀ ਆ, DIG IG ਲੈਵਲ ਤੱਕ ਵੱਡੇ ਵੱਡੇ ਬੰਦੇ ਫੜੇ ਗਏ ਆ ਜੋ ਕਿ ਪਹਿਲਾਂ ਨਹੀਂ ਸੀ ਫੜੇ ਜਾਂਦੇ। ਔਰ ਨਾਲ ਸੋਸ਼ਲ ਚੇਂਜ ਦੀ ਜਿਹੜੀ ਗੱਲ ਕੀਤੀ ਆ ਨਾ ਭਗਵੰਤ ਮਾਨ ਸਾਹਿਬ ਨੇ ਕਿ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਹੋਣ, ਕੋਈ ਪਿੰਡ ਕਮੇਟੀਆਂ ਵੀ ਬਣਨ, ਹੋਰ ਇਸ ਤਰ੍ਹਾਂ ਦੀ ਹੋਵੇ, ਉਹ ਜ਼ਰੂਰੀ ਹੈ। ਨਸ਼ਾਬੰਦੀ ਦਾ ਕਰਨਾ, ਇੰਨੀ ਦੇਰ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ, ਉਹਦੇ ਲਈ ਰੀਹੈਬਿਲੀਟੇਸ਼ਨ ਸੈਂਟਰਸ ਵਿੱਚ ਵੀ ਤੇ ਉਸ ਤਰ੍ਹਾਂ ਵੀ ਇੱਕ ਸੋਸ਼ਲ ਮੂਵਮੈਂਟ ਦੀ ਲੋੜ ਹੈ। ਆਪਾਂ ਉਹਨੂੰ ਕ੍ਰਿਟਿਸਾਈਜ਼ ਕਰੀ ਜਾਂਦੇ ਆ ਸਾਰੇ ਜਣੇ। ਸੋ ਇਹ ਸੰਘੇੜਾ ਸਾਹਿਬ ਤੁਹਾਡੇ ਜਿਹੜੇ ਵਿਰੋਧੀ ਆ ਉੱਥੇ ਕਹਿ ਰਹੇ ਨੇ ਕਿ ਬਹੁਤ ਸਾਰੇ ਵੱਡੇ ਆਗੂਆਂ ਦੇ, ਤੁਹਾਡੇ ਵੱਡੇ ਆਗੂਆਂ ਦੇ ਨਾਮ ਆਉਂਦੇ ਨੇ, ਢਾਂਡਾ ਸਾਹਿਬ ਲਿਸਟ ਦਾ ਜ਼ਿਕਰ ਕਰ ਰਹੇ ਸੀਗੇ, ਮੈਂ ਤਾਂ ਡਰੱਗ ਪੈਡਲਰਸ ਦੀ ਲਿਸਟ ਦੇ ਕੇ ਆਇਆ ਪੁਲਿਸ ਦੇ ਵੱਡੇ ਅਧਿਕਾਰੀ। ਉਹ ਵੀ ਦੇਣਾ ਜਵਾਬ, ਮੈਂ ਉਹ ਵੀ ਜਵਾਬ ਦਿੰਦਾ ਸੇਖੜੀ ਸਾਹਿਬ ਦਾ, ਪਹਿਲਾਂ ਮੈਂ ਜਵਾਬ ਦੇ ਦਵਾਂ। ਸੇਖੜੀ ਸਾਹਿਬ ਦੀ ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਝੰਡੇ ਗੱਡੇ ਆ ਨਸ਼ੇ ਦੇ, ਜਿਹੜੇ ਅੰਤਰਰਾਸ਼ਟਰੀ ਗਰੋਹ ਤੱਕ ਬਣ ਗਏ ਆ। ਔਰ ਹੁਣ ਵੀ BJP ਮਹਾਰਾਸ਼ਟਰ ਤੇ ਗੁਜਰਾਤ ਰਾਹੀਂ ਪੰਜਾਬ ਚ ਨਸ਼ਾ ਧੱਕਿਆ ਜਾ ਰਿਹਾ। ਮੈਂ ਸ਼ਰਿਆ BJP ਦਾ ਨਾਮ ਲੈਣਾ, BJP ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ। ਗੁਜਰਾਤ ਦੇ ਵਿੱਚ 3 ਵੱਡੀਆਂ ਖੇਪਾਂ ਫੜੀਆਂ ਗਈਆਂ, ਈਵਨ ਕਿੰਗਰਾ ਸਾਹਿਬ ਵੀ ਕਹਿ ਰਹੇ ਨੇ, ਔਰ ਇਹਨਾਂ ਵਿੱਚੋਂ ਵੱਡੀ ਜਿਹੜੀ ਇਨਪੁਟ ਹੈ ਉਹ ਪੰਜਾਬ ਪੁਲਿਸ ਦੀ ਆ ਜਾਂ ਪੰਜਾਬ ਦੀਆਂ ਸੂਈਆਂ ਏਜੰਸੀਆਂ ਦੀ ਹੈ। ਇਹ ਜਿਹੜੇ ਵੱਡੇ ਲੋਕ ਨੇ, ਵੱਡੀਆਂ ਪਾਰਟੀਆਂ ਨੇ, ਏਜੰਸੀਆਂ ਨੇ, ਕੁਛ ਜਿਹੜੇ ਸਿਆਸੀ ਲੋਕ ਨੇ, ਇਹ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਆ ਤੇ ਬਰਬਾਦ ਕਰਨਾ ਚਾਹੁੰਦੇ ਆ। BSF ਲੱਗੀ ਆ ਬਾਰਡਰ ਤੋਂ, ਪਾਕਿਸਤਾਨ ਵੱਲ ਦੀ ਨਸ਼ਾ ਕਿਉਂ ਆਉਂਦਾ? ਗੁਜਰਾਤ ਤੇ ਮਹਾਰਾਸ਼ਟਰ ਤੋਂ ਨਸ਼ਾ ਜਿਹੜਾ ਆ ਉੱਥੇ ਪੰਜਾਬ ਪੁਲਿਸ ਨੇ ਜਾ ਕੇ ਥੋੜੀ ਰੋਕਣਾ ਆ। ਉਹ ਸਾਰਾ ਨਸ਼ਾ ਜਿਹੜਾ ਪੰਪ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ, ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਆ, ਵੱਡੀਆਂ ਗ੍ਰਿਫਤਾਰੀਆਂ ਹੋਈਆਂ ਹੋਈਆਂ, ਵੱਡੇ ਮੋਡਿਊਲ ਤੋੜੇ ਆ, ਰਿਕਵਰੀਜ਼ ਹੋ ਰਹੀਆਂ, ਪਰ ਇਹ ਇਹਨਾਂ ਨੂੰ ਵੀ ਚਾਹੀਦਾ ਕੇਂਦਰ ਸਰਕਾਰ ਨੂੰ ਵੀ ਕਿ ਪੰਜਾਬ ਦੇ ਮਗਰ। ਤੁਹਾਡੀ ਗੱਲ ਠੀਕ ਹੈ, ਮੈਂ ਸੇਖਰੀ ਸਾਹਿਬ ਦਾ ਜਵਾਬ ਲੈਣਾ, ਪਰ ਮੈਨੂੰ ਦੇਖੋ ਤੁਹਾਡੇ ਖਿਲਾਫ ਕਿੰਗਰਾ ਜੀ ਔਰ ਢਾਂਡਾ ਸਾਹਿਬ ਲਿਸਟਾਂ ਦਾ ਜ਼ਿਕਰ ਕਰ ਰਹੇ ਆ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਸੰਘੇੜਾ ਸਾਹਿਬ, ਤੁਸੀਂ ਮਿਲਦਾ ਆਪਣੀ ਗੱਲ ਰੱਖੀ ਹੈ, ਥੋੜਾ ਜਿਹਾ ਪ੍ਰੈਕਟੀਕਲ ਥੋੜਾ ਜਿਹਾ ਪ੍ਰੈਕਟੀਕਲ ਹੋਣਾ ਪਏਗਾ ਆਪਾਂ ਨੂੰ ਨਾ। ਆਪਾਂ ਪੋਲੀਟੀਕਲ ਤੌਰ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕਰ ਰਹੇ ਹਾਂ, ਹੁਣ ਪ੍ਰੈਕਟੀਕਲ ਗੱਲ ਇਹ ਹੈ, ਮੈਂ ਪਿੱਛੇ ਇੱਕ ਪਿੰਡ ਦੇ ਵਿੱਚ ਗਿਆ, ਜਾਣ ਦਾ ਮੌਕਾ ਮਿਲਿਆ, ਮੈਂ ਉੱਥੇ ਦੇ ਸਰਪੰਚ ਨਾਲ ਗੱਲ ਕੀਤੀ, ਹੋਰ ਲੋਕਾਂ ਨਾਲ ਗੱਲ ਕੀਤੀ, ਮੈਂ ਨਸ਼ਾ ਕਿੰਨਾ ਵੱਡਾ ਮੁੱਦਾ, ਥੋੜਾ ਜਿਹਾ ਧਿਆਨ ਨਾਲ ਸੁਣਿਓ ਸੰਘੇੜਾ ਸਾਹਿਬ, ਤੁਸੀਂ ਜਵਾਬ ਜ਼ਰੂਰ ਦਿਓ। ਕਹਿੰਦੇ ਨਸ਼ਾ ਤਾਂ ਹੈਗਾ ਜੀ। ਮੈਂ ਕਿਹਾ ਫਿਰ ਤੁਸੀਂ ਕੰਪਲੇਂਟ ਕਿਉਂ ਨਹੀਂ ਕਰਦੇ? ਬਹੁਤ ਨੌਜਵਾਨ ਮੁੰਡਾ ਸੀ ਜਿਨ੍ਹਾਂ ਦੇ ਨਾਲ ਮੇਰੀ ਗੱਲ ਹੋਈ, ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਹੈ,
ਉਹਨਾਂ ਦਾ ਜਵਾਬ ਸੀ ਕਹਿੰਦੇ ਅਸੀਂ ਕੀਤੀਆਂ ਜੀ ਕੰਪਲੇਂਟਾਂ, ਇੱਕ ਤਾਂ ਵੈਰ ਪੈ ਜਾਂਦਾ ਸਾਡਾ ਕਿ ਜਿਨ੍ਹਾਂ ਦੇ ਨਾਲ ਅਸੀਂ ਜਾ ਕੇ ਕੰਪਲੇਂਟ ਕਰ ਦਿੱਤੀ ਵੈਰ ਪੈ ਗਿਆ। ਅੱਛਾ ਜੇ ਅਸੀਂ ਕਹਿੰਦੇ ਹਾਂ ਕਿ ਸਾਡਾ ਨਾਮ ਨਾ ਦੱਸਿਓ ਤਾਂ ਵੀ ਲੀਕ ਹੋ ਜਾਂਦਾ ਪੁਲਿਸ ਥਾਣੇ 'ਚੋਂ ਕਿ ਫਲਾਣਾ ਬੰਦਾ ਆਇਆ ਸੀ ਜੀ ਤੁਹਾਡੇ ਖਿਲਾਫ਼ ਕੰਪਲੇਂਟ ਕਰਕੇ ਗਿਆ। ਉਸ ਤੋਂ ਬਾਅਦ ਤੀਜੀ ਗੱਲ ਇਹ ਹੈ ਕਹਿੰਦੇ ਕੇਸ ਇਸ ਤਰੀਕੇ ਦੇ ਪੁਲਿਸ ਵਾਲੇ ਬਣਾ ਦਿੰਦੇ ਨੇ ਕਿ ਉਹ 2 ਮਹੀਨੇ 'ਚ ਜ਼ਮਾਨਤ ਲੈ ਕੇ ਸ਼ਖਸ ਬਾਹਰ ਆ ਜਾਂਦਾ, ਫਿਰ ਸਾਡੇ ਨਾਲ ਵੈਰ ਪਿਆ ਹੁੰਦਾ ਤੇ ਫਿਰ ਅਸੀਂ ਭੱਜਦੇ ਫਿਰਦੇ ਹਾਂ ਕਿ ਕਰੀਏ ਕੀ ਹੁਣ, ਇਸ ਕਰਕੇ ਪਿੰਡ ਚੁੱਪ ਕਰਕੇ ਬੈਠਾ। ਇਹਨਾਂ ਦੇ ਮੁੱਖ ਮੰਤਰੀ ਇਹੀ ਕਹਿ ਰਹੇ ਹੈ, ਇਹ ਮੁੱਖ ਮੰਤਰੀ ਇਹੀ ਕਹਿ ਰਹੇ ਹੈ। ਸੰਗੇੜਾ ਸਾਹਿਬ ਜੀ ਬਸ ਕਰੋ ਹੁਣ, ਸੰਗੇੜਾ ਸਾਹਿਬ ਜੀ ਮੈਂ ਇਹ ਗੱਲ ਕਹਿ ਰਿਹਾ, ਦੇਖੋ ਕੁਛ ਥਾਵਾਂ ਤੇ ਸਥਿਤੀ ਹੋ ਸਕਦੀ ਹੈ ਇਹ, ਕੁਛ ਥਾਵਾਂ ਤੇ ਪਿੰਡਾਂ ਵਾਲਿਆਂ ਨੇ ਪਿੰਡ ਕਮੇਟੀਆਂ ਬਣਾਈਆਂ ਹੋਈਆਂ, ਉੱਥੇ ਜਿਹੜੀ ਇਹ ਚੀਜ਼ ਦੀ ਮਾਤਰਾ ਘਟੀ, ਇਹੀ ਗੱਲ ਤਾਂ ਜਿਹੜੀ ਆ ਸੋਸ਼ਲ ਚੇਂਜ ਦੀ ਹੈ। ਰੀਹੈਬਿਲੀਟੇਸ਼ਨ ਸੈਂਟਰ ਤੋਂ ਬਾਅਦ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਯੂਥ ਨੂੰ ਅੱਗੇ ਆਉਣਾ ਪਏਗਾ, ਸਮਾਜਿਕ ਜਥੇਬੰਦੀਆਂ ਨੂੰ ਅੱਗੇ ਆਉਣਾ ਪਏਗਾ, ਧਾਰਮਿਕ ਜਥੇਬੰਦੀਆਂ ਨੂੰ ਅੱਗੇ ਆਉਣਾ ਪਏਗਾ। ਚਾਈਨਾ ਦੇ ਵਿੱਚ ਜਦੋਂ ਰੈਵੋਲੂਸ਼ਨ ਆਇਆ ਨਾ, ਤਾਂ ਉੱਥੇ ਵੀ ਈਵਨ ਭੇਡਾਂ ਦਾ ਪਾਲਣ ਦਾ ਜਿਹੜਾ ਵਪਾਰ ਨੂੰ ਵਧਾਉਣ ਲਈ ਉੱਥੇ ਪ੍ਰਧਾਨ ਮਾਓ ਦੇ ਨਾਂ ਤੇ ਉਹਨਾਂ ਨੇ ਪ੍ਰਚਾਰ ਕੀਤਾ ਸੀਗਾ। ਸੋਸ਼ਲ ਚੇਂਜ ਲਿਆਉਣੀ ਕੋਈ ਸੌਖੀ ਚੀਜ਼ ਨਹੀਂ ਹੈ, ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਤੇ ਜੋ ਮਾਨ ਸਾਹਿਬ ਨੇ ਇਹ ਗੱਲ ਕੀਤੀ ਹੈ ਤਾਂ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਠੀਕ ਹੈ ਚਲੋ ਚਲੋ ਜਵਾਬ ਲਈਏ, ਪਿੱਛੇ ਸਮਾਂ ਘੱਟ ਹੈ। ਸੰਗੇੜਾ ਸਾਹਿਬ ਤੁਹਾਡੀ ਗੱਲ ਆਈ, ਮੈਂ ਪਹਿਲਾਂ ਟਾਂਡਾ ਸਾਹਿਬ ਦਾ ਰੁਕ ਕਰ ਲਵਾਂ, ਸੇਖੜੀ ਸਾਹਿਬ ਮੈਂ ਆ ਰਿਹਾ ਤੁਹਾਡੇ ਕੋਲ। ਟਾਂਡਾ ਸਾਹਿਬ ਸੰਗੜਾ ਮੈਨੂੰ ਇੱਕ ਸੇਖੜੀ ਸਾਹਿਬ ਜਵਾਬ ਦੇ, ਮੈਨੂੰ ਗੱਲ ਕਰਨ ਦਿਓ ਸਾਹਿਬ ਦਾ ਰਿਐਕਸ਼ਨ ਅੱਜ ਵੀ ਮੈਂ ਤੁਹਾਡੇ ਕੋਲ ਹੀ ਆ ਰਿਹਾ, ਇਕੱਠੇ ਜਵਾਬ ਦਿਓ। ਬੀਜੇਪੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੈ, ਸੰਗੜਾ ਸਾਹਿਬ ਆਪਣੀ ਗੱਲ ਰੱਖੇ। ਟਾਂਡਾ ਸਾਹਿਬ ਮੈਂ ਸੇਖੜੀ ਸਾਹਿਬ ਆ ਰਿਹਾ ਤੁਹਾਡੇ ਕੋਲ। ਸਰ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜੀ ਕਰ ਰਹੇ ਹੈ ਤਾਂ ਹਾਸੋਹੀਣ ਹੈ। ਇਹ ਇਹਨਾਂ ਨੂੰ ਉਦੋਂ ਨਹੀਂ ਸੀ ਪਤਾ ਜਦ ਦੂਜਿਆਂ ਤੇ ਇਲਜ਼ਾਮ ਲਾਉਂਦੇ ਸੀ ਕਿ ਨਸ਼ਾ ਤਾਂ ਵਿਕਦਾ ਜਦ ਮੁੱਖ ਮੰਤਰੀ ਵਿਕਵਾਉਂਦਾ, ਮੁੱਖ ਮੰਤਰੀ ਇਨਵੋਲਵਡ ਹੈ। ਅੱਜ ਇਹ ਵੇਚਦੇ ਹੈ, ਭਗਵੰਤ ਮਾਨ ਜੀ ਅੱਜ ਵੇਚ ਰਹੇ ਹੈ। ਹੁਣ ਰਿਐਲਿਟੀ ਕੀ ਹੈ ਤੁਹਾਨੂੰ ਮੈਂ ਰਿਐਲਿਟੀ ਕੀ ਦੱਸਦਾ, ਜਿਹੜੀ ਹੁਣ ਪੋਲੀਟਿਕਸ ਬਥੇਰੀ ਹੋ ਗਈ। ਕਲਿੰਟਨ ਦੇ ਸਮੇਂ ਮੁਹਿੰਮ ਚੱਲੀ ਪੂਰੀ ਵਰਲਡ ਦੇ ਵਿੱਚ, ਤੇ ਇੰਡੀਆ ਨੂੰ ਵੀ ਫੋਰਸ ਕੀਤਾ ਗਿਆ, ਵਰਲਡ ਦੀਆਂ ਕੰਟਰੀਜ਼ ਨੂੰ ਫੋਰਸ ਕੀਤਾ ਗਿਆ, ਜਿਹਦੇ ਤੇ ਅਸੀਂ ਨਾਰਕੋਟਿਕਸ ਐਕਟ ਲੈ ਕੇ ਆਏ। ਠੀਕ ਹੈ, ਜਦ ਦਾ ਨਾਰਕੋਟਿਕਸ ਐਕਟ ਆਇਆ ਉਦੋਂ ਦਾ ਬੇੜਾ ਗਰਕ ਹੋਇਆ। ਰੀਜ਼ਨ ਕੀ ਹੈ ਕਿ ਨਾਰਕੋਟਿਕਸ ਐਕਟ 'ਚ ਸਜ਼ਾ ਇੰਨੀ ਸਵੀਅਰ ਹੈ, ਉਹਦੇ ਬਾਅਦ ਜਿਹੜੀ ਇਹਦੀ ਪ੍ਰਾਈਸ ਹੈ ਉਹ ਬਹੁਤ ਵੱਧ ਜਾਂਦੀ ਹੈ, ਜਿੰਨਾ ਰਿਸਕ ਆ ਉਹ ਪ੍ਰਾਈਸ ਵੱਧ ਜਾਂਦੀ ਹੈ। ਫਿਰ ਪੈਰਲਲ ਮੂਵਮੈਂਟਸ ਚੱਲੀਆਂ ਕਿ ਬਲਕ ਵਾਲੀ ਡਰੱਗਸ ਤੋਂ ਛੋਟੀਆਂ ਡਰੱਗਸ ਲੈ ਕੇ ਆਈ, ਉਹ ਛੋਟੀਆਂ ਡਰੱਗਸ ਆਈਆਂ। ਫਿਰ ਹੁਣ ਇੰਟਰਨੈਸ਼ਨਲ ਵਾਰਫੇਅਰ ਚੱਲ ਰਹੀ ਹੈ, ਅੱਗੇ ਪਾਕਿਸਤਾਨ ਸਾਡੇ ਬਾਰਡਰ ਤੋਂ ਭੇਜਦਾ ਸੀਗਾ, ਅਫਗਾਨਿਸਤਾਨ ਜਦ ਦਾ ਇਹ ਤਾਲਿਬਾਨ ਦਾ ਸਰਕਾਰ ਆਇਆ, ਅਮਰੀਕਾ ਨਾਲ ਟ੍ਰੀਟੀ ਹੋਈ ਹੈ, 95% ਉੱਥੇ ਬੰਦ ਹੋ ਗਏ, ਹੁਣ ਉੱਥੇ ਫੀਮ ਦੀ ਖੇਤੀ ਨਹੀਂ ਹੁੰਦੀ। ਹੁਣ ਸਭ ਤੋਂ ਵੱਡਾ ਜਿਹੜਾ ਅਟੈਕਰ ਹੈ ਇਸ ਦਾ ਉਹ ਚਾਈਨਾ ਹੈ। ਚਾਈਨਾ ਇਹ ਸਿੰਥੈਟਿਕ ਡਰੱਗ ਨਾਓ ਇੰਡੀਆ ਦੇ ਪੋਰਟਸ ਦੇ ਥਰੂ ਆਉਂਦਾ, ਪੂਰਾ ਕੰਟੇਨਰਸ ਜਾਂਦਾ। ਇਹ ਮੈਂ ਐਗਰੀ ਕਰਦਾ ਜਿਹੜੀ ਗੱਲ ਕੀਤੀ ਸੀ ਕਿਨਰਾ ਸਾਹਿਬ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਗੁਜਰਾਤ ਦੀ ਗਵਰਨਮੈਂਟ ਇਨਵੋਲਵਡ ਹੈ ਜਾਂ ਪੰਜਾਬ ਦੀ ਗਵਰਨਮੈਂਟ ਇਨਵੋਲਵਡ ਹੈ, ਜਾਂ ਕੁਸਚਨ ਇਹ ਹੈ ਕਿ ਇਹਨੂੰ ਚੈੱਕ ਕਿਵੇਂ ਕਰ। ਅੱਜ ਤਾਈਂ ਪੋਲੀਟਿਕਸ ਹੀ ਖੇਡੀ ਹੈ, ਕਿਸੇ ਨੇ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਨੰਬਰ 1 ਇਹ ਹੈ ਕਿ ਓਪੀਅਮ ਨੂੰ ਤੁਹਾਨੂੰ ਖੋਲ੍ਹਣਾ ਪਊਗਾ, ਜਦ ਤੱਕ ਤੁਸੀਂ ਨਹੀਂ ਖੋਲੋਗੇ ਜਿਹੜੇ ਅਡਿਕਟਸ ਹੈ ਉਹ ਦੋਹਰੇ ਮਰ ਰਹੇ ਹੈ। ਪੁਲਿਸ ਕੀ ਕਰਦੀ ਹੈ ਕਿ ਜਦ ਅਡਿਕਟ ਨੂੰ ਫੜਦੀ ਹੈ, ਫੜੇ ਅਡਿਕਟ ਜਾਂਦੇ ਆ, ਮੈਕਸੀਮ ਜਿਹੜਾ ਕੇਸ ਸੰਘੇੜਾ ਸਾਹਿਬ ਦੱਸਦੇ ਸੀ ਸਾਰੇ ਅਡਿਕਟਸ ਨੇ ਆ ਮੈਕਸੀਮਮ, ਜਿਹੜਾ ਤਾਂ ਪੈਸੇ ਦੇ ਦਿੰਦਾ ਉਹਦੇ ਤੇ ਪੂਰੀ 10 ਗ੍ਰਾਮ ਦੀ ਪੈਂਦੀ ਹੈ ਰਿਕਵਰੀ, ਜਿਹੜਾ ਪੈਸੇ ਨਹੀਂ ਦਿੰਦਾ ਉਹਦੇ ਤੇ 15 ਗ੍ਰਾਮ 20 ਗ੍ਰਾਮ ਉਹ ਨਾਨ ਕਮਰਸ਼ੀਅਲ ਹੋ ਜਾਂਦੀ ਹੈ, ਜਿਹੜੀ ਕਮਰਸ਼ੀਅਲ ਹੋ ਜਾਂਦੀ ਹੈ। ਨਾਨ ਕਮਰਸ਼ੀਅਲ ਵਾਲੇ ਦੀ ਬੇਲ ਹੁੰਦੀ ਹੈ, ਉਹ ਬਾਹਰ ਆ ਜਾਂਦਾ, ਉਹਦੇ ਤੋਂ ਕਦੇ ਫੜੀ ਨਹੀਂ ਗਿਆ ਹੁੰਦਾ ਡਰੱਗਸ। ਜੇ ਮੈਂ ਸ਼ਿਕਾਇਤ ਲਾਈ ਹੈ ਕਿਸੇ ਬੰਦੇ ਦੀ, ਉਹਨੂੰ ਫੜ ਲਿਆਂਦੇ ਆ, ਫੜ ਕੇ ਕੋਲੋਂ ਚਿੱਟਾ ਪਾਉਂਦੇ ਆ, ਦੈਟ ਇਜ਼ ਰੋਂਗ। ਉਹਦੇ ਤੇ ਸਰਵਲੀਅੰਸ ਕਰਨ, ਉਹਨੂੰ ਘੇਰਨ, ਉਹਨੂੰ ਫੜਨ,
ਨੂੰ ਪੈਡਲਰ ਨੂੰ ਰੋਕਣ, ਪੁਲਿਸ ਪੈਡਲਰ ਨੂੰ ਰੋਕਦੀ ਨਹੀਂ ਹੈ, ਉਹਦੇ ਤੇ ਕੇਸ ਪਾ ਕੇ ਸੱਚੀ ਹੋ ਜਾਂਦੀ ਹੈ। ਠੀਕ ਹੈ, ਨਾਓ ਦਿਸ ਇਜ਼ ਦੀ ਪ੍ਰੋਬਲਮ। ਇਹ ਲਹਿਰ ਲੂਹਰ ਨਾਲ ਕੁਛ ਨਹੀਂ ਹੋਣਾ, ਇਹ ਗੁਰਦੁਆਰਾ ਲਹਿਰ ਚਲਾ ਲਓ, ਐਨਜੀਓ ਲਹਿਰ ਚਲਾ ਲਓ, ਇਹਨਾਂ ਨੂੰ ਕਹੋ ਜੀ ਐਨਜੀਓ ਦੇ ਐਕਸਪਰਟ ਹੈ ਕੇਜਰੀਵਾਲ ਸਾਹਿਬ, ਉਹਨਾਂ ਨੂੰ ਕਿਸੇ ਕੰਮ ਲੱਗ ਜਾਓ, ਸਰਕਾਰ 'ਚ ਕਿਉਂ ਆਇਆ ਤੁਸੀਂ ਫਿਰ? ਵਾਈ ਯੂ ਕਲੇਮ, ਵਾਈ ਯੂ ਅਕਿਊਜ਼ਡ ਅਦਰਸ? ਕਿਉਂ ਵੇਚਦੇ ਆ ਤੁਸੀਂ? ਕਾਂਗਰਸ ਨੂੰ ਤੁਸੀਂ ਅਕਿਊਜ਼ ਕੀਤਾ, ਅਕਾਲੀ ਦਲ ਨੂੰ ਤੁਸੀਂ ਅਕਿਊਜ਼ ਕੀਤਾ, ਹੁਣ ਤੁਹਾਨੂੰ 2 ਸਾਲ ਬਾਅਦ ਪਤਾ ਲੱਗ ਰਿਹਾ ਕਿ ਤੁਹਾਡੇ ਬੱਸ ਦਾ ਹੈ ਨਹੀਂ, ਹੁਣ ਗਵਰਨਮੈਂਟ ਤੁਹਾਡੇ ਕੋਲ ਚੱਲਦੀ ਨਹੀਂ, ਤਨਖਾਹ ਤੁਹਾਡੇ ਕੋਲ ਦੇਣ ਨੂੰ ਹੈ ਨਹੀਂ, ਹੁਣ ਉਜਾੜ ਤਾਂ ਪੰਜਾਬ ਤੇ, ਹੁਣ ਕਹਿੰਦੇ ਲਹਿਰ ਚਲਾ ਦਿਓ? ਇਹ ਲਹਿਰ ਲੂਹਰ ਕੁਛ ਨਹੀਂ ਚੱਲਣੀ, ਮੈਂ ਦੱਸ ਦਵਾਂ, ਇਹ ਮੁੱਖ ਮੰਤਰੀ ਸਰੈਂਡਰ ਕਰ ਰਿਹਾ, ਡਿਫੀਟ ਮੰਨ ਰਿਹਾ ਅੱਜ ਮੁੱਖ ਮੰਤਰੀ। ਠੀਕ ਹੈ, ਠੀਕ, ਮੈਂ ਸੇਖੜੀ ਸਾਹਿਬ ਦਾ ਇੱਕ ਵਾਰ ਰੁਕ ਕਰ ਲਵਾਂ, ਫਿਰ ਜਵਾਬ ਲੈਣਾ ਮੈਂ ਸੰਘੀੜਾ ਸਾਹਿਬ। ਮੈਂ ਸਟਰੋਂਗਲੀ ਇਹਨੂੰ ਕੰਡੈਮ ਕਰਦਾ ਆ, ਕਦੇ ਸਰਕਾਰ ਨਹੀਂ ਚੱਲਦੀ, ਕਦੇ ਐਨਜੀਓ ਦੇ ਮਾਮਲੇ, ਜਵਾਬ ਲਵਾਂਗਾ ਮੈਂ ਬੇਬੇਕਰ। ਉਹ ਦਰਸ਼ਕ ਜੁੜੇ ਹੋਏ ਨੇ, ਜੋ ਟਾਂਡਾ ਸਾਹਿਬ ਕਹਿ ਰਹੇ ਨੇ ਉਸ ਦੇ ਉੱਤੇ ਤੁਸੀਂ ਰਿਐਕਟ ਜ਼ਰੂਰ ਕਰਿਓ। ਮੈਂ ਇੱਕ ਵਾਰੀ ਸਾਹਿਬ, ਤੁਸੀਂ ਆਪਣੀ ਗੱਲ ਕਹੀ ਸੀ, ਮਿਲਦਾ ਸੇਖੜੀ ਸਾਹਿਬ ਜਵਾਬ ਜਵਾਬ ਲੈ ਲਈਏ ਉਹਨਾਂ ਤੋਂ, ਥੋੜਾ ਜਿਹਾ ਟਾਈਮ ਦਿਓ ਸੇਖੜੀ ਸਾਹਿਬ, ਹੁਣ ਗੱਲ ਸੁਣ ਲੈਣੀ ਚਾਹੀਦੀ ਹੈ ਜੀ। ਜੀ ਪਲੀਜ਼ ਸੇਖੜੀ ਸਾਹਿਬ। ਗੌਰਵ ਜੀ, ਇਸ ਤਰ੍ਹਾਂ ਹੈ ਕਿ ਦੇਖੋ ਗੌਰਵ ਜੀ, ਗੱਲ ਇਹ ਹੈ ਕਿ ਆਪਾਂ ਪੰਜਾਬ ਦੀ ਸਿਚੁਏਸ਼ਨ ਜਿਹੜੀ ਬੜੀ ਅਲਾਰਮਿੰਗ ਹੈ। ਸਾਰੀਆਂ ਪਾਰਟੀਆਂ ਦੇ ਸੀਨੀਅਰ ਲੀਡਰ ਤੁਹਾਡੀ ਡਿਬੇਟ ਤੇ ਬੈਠੇ ਆ, ਵਿਧਾਨ ਸਭਾ ਚ ਵੀ ਰੌਲਾ ਰੌਲਾ ਪੈ ਕੇ ਗੱਲ ਦਫਾ ਦਫਾ ਹੋ ਜਾਂਦੀ ਹੈ। ਮੈਂ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਨੌਜਵਾਨ ਬੱਚਿਆਂ ਲਈ, ਸਾਰੇ ਹੀ ਪੰਜਾਬ ਦੇ ਲੀਡਰਸ ਨੂੰ, ਸਮਾਜ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਿਚੁਏਸ਼ਨ ਅਲਾਰਮਿੰਗ ਹੈ ਪੰਜਾਬ ਚ, ਔਰ ਜਿਸ ਤਰ੍ਹਾਂ ਬੱਚੇ ਰੋਜ਼ ਦੇ ਇੱਕ ਬੱਚਾ ਰੋਜ਼ ਦਾ ਮਰ ਰਿਹਾ, ਕਿੰਨੇ ਬੱਚੇ ਇਸ ਡਰੱਗ ਚ ਜਾ ਰਹੇ ਆ, ਇਹਨੂੰ ਸਮਝਣਾ ਪਏਗਾ। ਜਿਹੜੇ ਬੰਦੇ ਵੀ ਇਹਦੇ ਜ਼ਿੰਮੇਵਾਰ ਨੇ ਕਿਸੇ ਵੀ ਪੋਸਟ ਤੇ ਹੋਣ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਸਖ਼ਤ ਤੋਂ ਸਖ਼ਤ ਹੋਣੀ ਚਾਹੀਦੀ ਹੈ। ਔਰ ਜਿਹੜੇ ਸੋਸ਼ਲ ਮੂਵਮੈਂਟ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ, ਆਫਟਰ ਆਲ ਹੀਜ਼ ਅਵਰ ਚੀਫ ਮਿਨਿਸਟਰ, ਸਟੇਟ ਦਾ ਚੀਫ ਮਿਨਿਸਟਰ ਹੈ, ਉਹਦੀ ਗੱਲ ਤੇ ਵੀ ਗੌਰ ਕਰਨਾ ਚਾਹੀਦਾ। ਪਰ ਮੈਂ ਕਹਿੰਦਾ ਵਾ ਕਿ ਜਿਹੜੀ ਸ਼ੁਰੂਆਤ ਹੋਣੀ ਹੈ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਹੋਣੀ ਹੈ ਜੀ, ਕੁਰਬਾਨੀ ਤੁਹਾਨੂੰ ਕਰਨੀ ਪੈ ਰਹੀ ਹੈ। ਸਭ ਤੋਂ ਪਹਿਲਾਂ ਤੁਸੀਂ ਨਸ਼ੇ ਛੱਡੋ ਨਾ ਜੀ, ਫਿਰ ਤੁਹਾਡੇ ਨਾਲ ਸਾਰੇ MLA ਛੱਡਣ, ਫਿਰ ਜਿਹਨਾਂ ਨੇ ਚੁਣਾਵ ਚ ਵੋਟਾਂ ਲਿੱਤੀਆਂ ਉਹ ਸਾਰੇ ਛੱਡਣ, ਪਹਿਲਾਂ ਤਾਂ ਲੀਡਰਸ ਨੂੰ ਛੱਡਣਾ ਪਏਗਾ ਨਾ, ਫਿਰ ਜਨਤਾ ਵੱਲ ਚੱਲ ਰਿਹਾ ਨਾ। ਆਪ ਅਸੀਂ ਕੁਛ ਕਰੀਏ ਨਾ, ਆਪ ਅਸੀਂ ਕੁਛ ਵੀ ਨਾ ਕਰੀਏ ਤੇ ਲੋਕ ਅੜੋਗੇ, ਤੁਸੀਂ ਨਸ਼ੇ ਛੱਡ ਦੋਗੇ, ਕਿਸ ਤਰ੍ਹਾਂ ਹੋਏਗਾ? ਤੁਸੀਂ ਅਗਰ ਕਿਸੇ ਪੁਲਿਸ ਵਾਲੇ ਨੂੰ ਸਜ਼ਾ ਦੇਣਾ ਚਾਹੁੰਦੇ ਹੋ ਕਿ ਉਹਦੇ ਥਾਣੇ ਚ ਨਸ਼ੇ ਵਿਕਦੇ ਨੇ, ਤੇ ਜਿਹਨੇ ਉਹਨੂੰ ਲਵਾਇਆ, ਜਿਸ ਪੋਲੀਟੀਸ਼ੀਅਨ ਨੇ ਉਹਨੂੰ ਹਿੱਸਾ ਲਿੱਤਾ, ਉਹਨੂੰ ਵੀ ਨਾਲ ਦਿਓ ਨਾ। ਜਿੰਨਾ ਚਿਰ ਤੁਸੀਂ ਇਨਸਾਫ਼ ਨਹੀਂ ਕਰੋਗੇ, ਨਸ਼ੇ ਇੱਥੋਂ ਖਤਮ ਨਹੀਂ ਹੋਣੇ। ਆਹ ਇਲਜ਼ਾਮਬਾਜ਼ੀ ਬੰਦ ਕਰੀਏ ਕਿ ਗੁਜਰਾਤ ਤੋਂ ਆਉਂਦੇ ਆ, ਮਹਾਰਾਸ਼ਟਰਾ ਤੋਂ ਆਉਂਦੇ ਆ, ਕਿ ਪਾਕਿਸਤਾਨ ਤੋਂ ਆਉਂਦੇ, ਅਸੀਂ ਆਪਣਾ ਘਰ ਸੰਭਾਲੀਏ ਨਾ। ਪੰਜਾਬ ਦੀ ਪੁਲਿਸ ਤੇ ਤੁਹਾਡੇ ਕੰਟਰੋਲ ਚ ਹੈ ਨਾ ਜੀ, ਪੰਜਾਬ ਦੇ ਬਾਰਡਰ ਦੇ ਵਿੱਚ ਜੋ ਜੋ ਹੁੰਦਾ ਉਹ ਤੁਹਾਡੀ ਮਰਜ਼ੀ ਨਾਲ ਹੁੰਦਾ, ਤੁਹਾਡੀ ਮਰਜ਼ੀ ਨਾਲ ਨਹੀਂ ਹੋ ਸਕਦਾ, ਪੁਲਿਸ ਤੁਹਾਡੇ ਇਸ਼ਾਰੇ ਤੇ ਚੱਲਦੀ ਹੈ। ਤੁਸੀਂ ਇਲਜ਼ਾਮਬਾਜ਼ੀ ਨਾ ਕਰੋ, ਆਪ ਵਾਲੇ ਜਿਹੜੇ ਲੀਡਰ ਸਾਹਿਬਾਨ ਨੇ, ਮੈਂ ਬੇਨਤੀ ਕਰਦਾ ਆਪਾਂ ਆਪਣਾ ਘਰ ਸੰਭਾਲੀਏ। ਰੋਜ਼ ਇੱਕ ਬੱਚੇ ਦੀ ਬਲੀ ਹੋ ਰਹੀ ਹੈ ਮਾਨ ਸਾਹਿਬ, ਤੁਹਾਡੀ ਨਰਮੀ ਨਾਲ ਰੋਜ਼ ਇੱਕ ਬੱਚੇ ਦੀ ਬਲੀ ਹੋ ਰਹੀ ਹੈ, ਉਹ ਬਹੁਤ ਵੱਡਾ ਪਾਪ ਲੱਗ ਰਿਹਾ ਤੁਹਾਨੂੰ। ਰੋਕੋ ਨਸ਼ੇ ਨੂੰ, ਰੋਕੋ, ਪਲੀਜ਼ ਰੋਕੋ, ਹੱਥ ਜੋੜ ਕੇ ਕਹਿੰਦਾ ਰੱਬ ਦਾ ਵਾਸਤਾ, ਜੇ ਪੰਜਾਬ ਦੀ ਨਾ ਧਰਮ ਦੇ ਵਿੱਚ ਨਾ ਸਾਡੇ ਸਮਾਜ ਚ ਨਸ਼ੇ ਨਹੀਂ ਸੀਗੇ ਜੋ ਅੱਜ ਦੇਖ ਰਿਹਾ। ਮੈਂ ਪਹਿਲਾਂ 30-40 ਸਾਲ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਦੇਖਿਆ। ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਦੇਖਿਆ ਰਿਹਾ ਮੈਂ, ਪੰਜਾਬ ਯੂਨੀਵਰਸਿਟੀ ਦਾ, ਮੈਂ ਕਦੀ ਕਿਸੇ ਹੱਥ ਨਾ ਚਿੱਟਾ ਸੁਣਿਆ ਨਹੀਂ ਸੀ ਕਦੀ।
ਤੇ ਅੱਜ ਜਿਹੜੇ ਕਾਲਜਿਸ ਦੇ ਉੱਥੇ ਕਿਹੜੇ ਰੋਕ ਸਕਦੇ ਤੁਸੀਂ? ਹੌਲੀ ਹੌਲੀ ਪੰਜਾਬ ਦੇ ਵਿੱਚ ਆਇਓ, ਕਿਵੇਂ ਪੈਰ ਪਸਾਰ ਗਿਆ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਮੈਨੂੰ ਪੰਜਾਬ ਸਰਕਾਰ ਦੀ ਹੈ, ਘੱਟ ਮੈਂ ਕਿੰਗਰਾ ਸਾਹਿਬ, ਪੰਜਾਬ ਸਰਕਾਰ ਇਹ ਤੋਂ ਭੱਜ ਨਹੀਂ ਸਕਦੀ। ਕਿੰਗਰਾ ਸਾਹਿਬ ਦਾ ਇੱਕ ਰਿਐਕਸ਼ਨ ਜ਼ਰੂਰ ਲੈਣਾ, ਕਿੰਗਰਾ ਸਾਹਿਬ ਦਾ ਬਾਈਂਡ ਵਾਲੇ ਪਾਸੇ ਜਾ ਤੋਂ ਭੱਜ ਨਹੀਂ ਸਕਦੀ। ਇੱਕ ਕਮੈਂਟ ਰੱਖਿਓ ਕਿੰਗਰਾ ਸਾਹਿਬ, ਪੁਆਇੰਟ ਇਹ ਹੈ ਕਿ ਇੱਥੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵਾਲੇ ਐਲੀਗੇਸ਼ਨਸ ਬਹੁਤ ਸਾਰੇ ਹੋ ਗਏ। ਹੁਣ ਗੱਲ ਹੈ ਕਿ ਮੂਵਮੈਂਟ ਦੀ, ਬਹੁਤ ਸਾਰੀਆਂ ਚੀਜ਼ਾਂ ਨੂੰ ਮੂਵਮੈਂਟ ਦੀ ਜ਼ਰੂਰਤ ਤਾਂ ਹੁੰਦੀ ਹੈ ਕਿ ਬਾਕੀ ਅੱਜ ਆਪਾਂ ਇਹ ਮਹਿਸੂਸ ਕਰੀਏ ਕਿ ਨਹੀਂ ਮੂਵਮੈਂਟ ਦੀ ਕੋਈ ਜ਼ਰੂਰਤ ਨਹੀਂ, ਮੂਵਮੈਂਟ ਦਾ ਮਤਲਬ ਕੀ ਹੋਵੇ, ਥੋੜ੍ਹਾ ਇਹ ਵੀ ਆਪਾਂ ਜ਼ਰੂਰ ਸਮਝੀਏ। ਮੈਂ ਸੰਘੇੜਾ ਸਾਹਿਬ ਤੋਂ ਵੀ ਸਵਾਲ ਕਰਾਂਗਾ, ਮੂਵਮੈਂਟ ਦਾ ਮਤਲਬ ਕੀ ਹੋਵੇ, FIR ਸਖਤੀ ਜਾਂ ਕੀ ਹੋਵੇ? ਗੌਰਵ ਜੀ, ਇਹ ਸਰਕਾਰ ਹਰ ਪਹਿਲੂ ਤੇ ਫੇਲ ਹੋਈ ਹੈ, ਪਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੀਐਮ ਸਾਹਿਬ ਦੀ ਆਹ ਜਿਹੜੀ ਲਹਿਰ ਵਾਲੀ ਗੱਲ ਹੈ ਨਾ, ਇਹ ਜ਼ਰੂਰ ਕਾਮਯਾਬ ਹੋ ਜਾਵੇ, ਇਹ ਜ਼ਰੂਰ ਕਾਮਯਾਬ ਹੋ ਜਾਵੇ। ਪਰਮਾਤਮਾ ਇਹਨਾਂ ਦਾ ਹੱਥ ਫੜੇ, ਇਹਨਾਂ ਦੇ ਦਿਮਾਗ ਦਰੁਸਤ ਕਰੇ ਤੇ ਇਹ ਇਸ ਗੱਲ 'ਚ ਕਾਮਯਾਬ ਹੋਣ। ਅਸੀਂ ਇਹਨਾਂ ਦੇ ਨਾਲ ਆ, ਇਸ ਗੱਲ 'ਚ ਅਸੀਂ ਨਾਲ ਤੁਰਾਂਗੇ ਜੀ। ਦੂਜੀ ਗੱਲ, ਸ਼ੇਖਰੀ ਸਾਹਿਬ 30,000 ਸੀ ਰੁਪਈਆ ਰੱਖਦਾ, ਇਹ ਉੱਥੇ ਕੀ ਚਾਹੀਦਾ ਸੀਗਾ? ਜੇ ਮੈਂ ਹੁੰਦਾ ਤਾਂ ਉਹਨੂੰ ਆਰਾਮ ਨਾਲ ਦੇਖਣਾ ਚਾਹੀਦਾ ਸੀ ਵੀ ਇਹ ਜਾਂਦੀ ਕਿੱਥੇ ਹੈ, ਕੀ ਲੋੜ ਸੀ ਪੋਰਟ ਤੇ ਫੜਨ ਦੀ? ਜਿੱਥੇ ਜਾਣੀ ਸੀ ਉੱਥੇ ਫੜਦੇ, ਉਹਨਾਂ ਨੂੰ ਫੜਦੇ ਜਿਹਨਾਂ ਕੋਲ ਜਾਣੀ ਸੀ ਉਹ। 30,000 ਕਰੋੜ ਰੁਪਈਆ ਦਾ ਲੋਸ ਕੌਣ ਬਰਦਾਸ਼ਤ ਕਰ ਸਕਦਾ ਹੈ? ਤੁਸੀਂ ਸੁਣਿਆ ਕਦੇ ਅੱਜ ਤੱਕ? ਇਹ ਸਾਰੇ ਮਿਲੇ ਹੋਏ ਨੇ, ਇਹਨਾਂ ਨੇ ਉੱਥੇ ਫੜ ਲਈ, ਜੇ ਨਾ ਉੱਥੇ ਫੜਦੇ ਮਹੀਨਾ, ਜਿੱਥੇ ਜਾਣੀ ਸੀ ਉੱਥੇ ਫੜਦੇ, ਨਾਲ ਬੰਦੇ ਵੀ ਫੜੇ ਜਾਂਦੇ। ਮੈਨੂੰ ਇਹ ਦੱਸੋ, 30,000 ਕਰੋੜ ਦੀ ਜਿਹੜੀ ਕੰਸਾਈਨਮੈਂਟ ਫੜੀ ਹੈ, ਕਿੰਨੇ ਬੰਦੇ ਉਹਦੇ 'ਚ ਅੱਜ ਤੱਕ ਅੰਦਰ ਹੈ ਤੇ ਕਿੰਨੇ ਬੰਦੇ ਉਹਨਾਂ 'ਤੇ ਕੇਸ ਚੱਲਿਆ ਹੋਇਆ? ਇੱਕ ਵੀ ਬੰਦਾ ਅੰਦਰ ਨਹੀਂ ਹੈਗਾ ਉਹਦੇ 'ਚ। ਇਹ ਵੱਡੀ ਗੱਲ ਹੈ। ਤੁਸੀਂ ਐਂ ਨਾ ਕਹੋ ਕਿ ਗੁਜਰਾਤ ਆ ਗਈ ਤੇ ਫਲਾਣੇ ਦਾ ਆ ਗਈ। 30,000 ਕਰੋੜ, ਯੂ ਨੋ ਵਟ ਅਬਾਊਟ, ਪੰਜਾਬ ਦਾ ਕਰਜ਼ਾ ਲੈ ਸਕਦਾ 30,000 ਕਰੋੜ? ਇੰਨਾ ਪੈਸਾ ਹੁੰਦਾ ਪੰਜਾਬ ਕੋਲੇ, ਹੈ ਨਹੀਂ ਤੇ ਬੰਦੇ ਕਿੱਥੋਂ ਲੈ ਕੇ 30,000 ਕਰੋੜ ਰੁਪਈਆ? ਚਲੋ ਆਪਾਂ ਵਾਈਂਡ ਅਪ ਕਰੀਏ ਸਰ, ਮੇਰੇ ਕੋਲ ਸਮਾਂ ਸਮਾਪਤ ਹੋ ਰਿਹਾ। ਮੈਂ ਇੱਕ ਸੰਘੇੜਾ ਸਾਹਿਬ ਦਾ ਫਾਈਨਲ ਕਮੈਂਟ ਲਊਂਗਾ। ਸੰਘੇੜਾ ਸਾਹਿਬ, ਬਹੁਤ ਸਾਰੀਆਂ ਚਰਚਾਵਾਂ ਦੇ ਵਿਚਾਲੇ ਆਖਰੀ ਮੇਰਾ ਅੱਜ ਦੀ ਡਿਬੇਟ ਦੇ ਵਿੱਚ ਸਵਾਲ ਇਹ ਹੈ ਕਿ ਮੂਵਮੈਂਟ ਵਾਲੇ ਪਾਸੇ ਜਾਣ ਦੀ ਜਾਂ ਫਿਰ ਜ਼ਰੂਰਤ ਕਿਉਂ ਮਹਿਸੂਸ ਹੋ ਰਹੀ ਹੈ? ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ 2-2.5 ਸਾਲ ਬਾਅਦ ਜਾ ਕੇ ਤੁਸੀਂ ਲਹਿਰ ਦਾ ਜ਼ਿਕਰ ਕਰ ਰਹੇ ਹੋ ਕਿ ਲਹਿਰ ਬਣਾਈਏ, ਲਹਿਰ ਦੀ ਜ਼ਰੂਰਤ ਹੈ, ਲਹਿਰ ਬਣਾਉਣੀ ਹੋਏਗੀ। ਇਹ ਲਹਿਰ 'ਚ ਰਹਿੰਦੇ ਆਪ ਹੀ, ਇਹਨਾਂ ਨੇ ਕਾਹਦੀ ਲਹਿਰ ਲਿਆਉਣੀ ਹੈ, ਆਪ ਹੀ ਲਹਿਰ 'ਚ ਰਹਿੰਦੇ ਆ। ਬਸ ਕਰੋ, ਗੱਲ ਸੁਣਨ ਵੀ ਲਈ ਦਿੰਦੀ ਆ। ਮੈਂ ਇਹ ਕਹਿ ਰਿਹਾ ਗੌਰਵ ਜੀ, ਦੇਖੋ ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣਿਆ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਉਸ ਦਿਨ ਤੋਂ ਮੁਹਿੰਮ ਚੱਲ ਰਹੀ ਆ, ਉਸ ਦਿਨ ਤੋਂ ਹੀ ਲਹਿਰ ਚੱਲ ਰਹੀ ਆ। ਉਹਦਾ ਇੱਕ ਪੱਖ ਦੂਸਰਾ ਵੀ ਆ, ਜਿਹੜਾ ਸੀਐਮ ਸਾਹਿਬ ਨੇ ਅੱਜ ਕਿਹਾ ਆ। ਦੇਖੋ ਇੱਕ ਪਾਸੇ ਸਖਤੀ ਹੋ ਰਹੀ ਆ, ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਚੱਲ ਰਹੇ ਨੇ, ਕਾਉਂਸਲਿੰਗ ਚੱਲ ਰਹੀ ਆ, ਜਿਹੜੇ ਬੱਚੇ ਕੰਜ਼ਿਊਮਰ ਐਡਿਕਟ ਹੋ ਚੁੱਕੇ ਨੇ ਉਹਨਾਂ ਨੂੰ ਸੁਧਾਰਨ ਦੀ, ਤੇ ਨਾਲ ਸਮਾਜ ਦੇ ਵਿੱਚ ਇਹ ਕੰਟੀਨਿਊਸ ਪ੍ਰੋਸੈਸ ਹੈ। ਇਸੇ ਤਰ੍ਹਾਂ ਹੀ ਜਿੱਥੇ ਨਸ਼ੇ ਨੂੰ ਘਟਾਇਆ ਗਿਆ, ਉਹ ਜਿਹੜਾ ਇਹਨੂੰ ਖਤਮ ਕੀਤਾ ਗਿਆ, ਇਸੇ ਤਰ੍ਹਾਂ ਹੀ ਤਰੀਕਾ ਹੀ ਇਹ ਹੈ ਜਿਹਦੇ ਵਿੱਚ ਸਮਾਜਿਕ ਮੂਵਮੈਂਟ ਵੀ ਜ਼ਰੂਰੀ ਹੈ। ਬਾਕੀ ਜਿਹੜੀ ਸ਼ਰਾਬ ਦੀ ਗੱਲ ਬਾਰ ਬਾਰ ਕੀਤੀ ਜਾ ਰਹੀ ਹੈ ਨਾ, ਇਹ ਇੱਕ ਆਪਣੇ ਆਪ 'ਚ ਬਹੁਤ ਵੱਡਾ ਟੌਪਿਕ ਹੈ। ਹਰਿਆਣੇ ਦੀ ਸ਼ਰਮ ਕਰਨੀ ਚਾਹੀਦੀ ਹੈ, ਹੋਈ ਸੀ ਉਹਨਾਂ ਨੂੰ ਵਾਪਸ ਲੈਣੀ ਪਈ ਆ। ਬਹੁਤ ਥਾਵਾਂ ਤੇ ਇਹ ਐਕਸਪੈਰੀਮੈਂਟ ਫੇਲ ਹੋਏ ਆ ਜਨਾਬ, ਜਾਂ ਹੋਰ ਥਾਵਾਂ ਤੇ ਜਿਹੜਾ ਜਨਾਬ, ਉੱਥੇ ਸ਼ਰਾਬ ਦਾ ਬਹੁਤ ਵੱਡਾ ਕਾਰੋਬਾਰ ਹੈ ਜਨਾਬ, ਹੁਣ ਤੇ ਕੁਛ ਸ਼ਰਮ ਕਰ ਲਈਏ। ਚਲੋ ਠੀਕ ਹੈ, ਮੇਰੇ ਕੋਲ ਸਮਾਂ ਸਮਾਂ ਖਤਮ ਹੋ ਚੁੱਕਿਆ ਹੈ। ਕੁਛ ਤੇ ਸ਼ਰਮ ਕਰਨੀ ਚਾਹੀਦੀ ਆ, ਹੁਣ ਤੇ ਨਸ਼ੇ ਜਿਹੜੇ ਆ ਪੰਜਾਬ ਦੇ ਬੱਚਿਆਂ ਦੇ ਵੀ ਜਾ ਵੜੇ ਆ। ਚਲੋ ਠੀਕ ਹੈ, ਦੇਖੋ ਗੱਲ ਇਹ ਕਿ ਨਸ਼ੇ ਦੇ ਮੁੱਦੇ ਉੱਤੇ ਐਂਡਲੈਸ ਡਿਬੇਟ ਹੈ ਕਿ ਕਿਵੇਂ ਖਤਮ ਹੋਵੇ। ਮੈਂ ਮਾਫੀ ਚਾਹੂੰਗਾ ਸਾਰੇ ਮਹਿਮਾਨਾਂ ਤੋਂ, ਮੇਰੇ ਕੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ।